ਸ੍ਰੀ ਕਾਲ ਜੀ ਮੈਂ ਹਾਂ ਗਗਨਦੀਪ ਸਿੰਘ ਅਨੰਦਪਰੀ ਮੋੜ ਤੋਂ ਲੈ ਕੇ ਹਾਜ਼ਰ ਹੋ ਗਏ ਆਂ ਅਸੀਂ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਅੱਜ ਦੇ ਦਿਨ ਦੀ ਸ਼ੁਰੂਆਤ ਕਰੀਏ ਤੇ ਅੱਜ ਦਾ ਦਿਨ ਹੈ ਸ਼ੁੱਕਰਵਾਰ ਦਾ 8 April 2022 ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਦੇਸੀ ਮਹੀਨੇ ਦੀ ਅੱਜ 26 ਚੇਤ ਨਾਨਕ ਸ਼ਾਹੀ 554 ਸੰਮਤ ਤੇ ਸਾਰੇ ਹੀ ਦਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਨਿਮਰਤਾ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਅਰਜ ਕਰਦਾ ਸਾਰੀ ਫਤਿਹ ਪ੍ਰਵਾਨਤ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਰੋਤੇ ਦਰਸ਼ਕ ਵੀਵਰ ਸਾਡੇ ਰੱਬ ਵਰਗੇ ਉਹ ਜਿੰਦ ਜਾਨਾਂ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਬੇਸਬਰੀ ਦੇ ਨਾਲ ਉਹਨਾਂ ਨੂੰ ਜਿਹੜਾ ਇੰਤਜ਼ਾਰ ਹੁੰਦਾ ਇਸ ਪ੍ਰੋਗਰਾਮ ਦਾ ਤੇ ਅਸੀਂ ਉਹੀ ਇੰਤਜ਼ਾਰ ਦੀਆਂ ਕੜੀਆਂ ਨੂੰ ਹੁਣ ਖਤਮ ਕਰਕੇ ਜਿਹੜਾ ਆ ਹਾਜ਼ਰ ਹੋ ਚੁੱਕਿਆ ਤੇ ਆਓ ਫਟਾਫਟ ਤੁਸੀਂ ਆਪਣੇ ਫੋਨ ਚੱਕੋ ਤੇ ਚੱਕ ਕੇ ਸਾਨੂੰ ਜਿਹੜਾ ਆ ਕਾਲ ਕਰੋ ਕਾਲ ਕਰਕੇ ਆਪਣੇ ਜਿਹੜੇ ਦਿਲ ਦੇ ਬਨਵਲੇ ਨੇ ਦਿਲ ਦੀਆਂ ਗੱਲਾਂ ਨੇ ਦਿਲ ਦੇ ਕੁਝ ਵੀ ਤੁਹਾਡੇ ਮਨ ਦੇ ਵਿੱਚ ਸਾਡੇ ਨਾਲ ਜਿਹੜੀ ਆ ਸਾਂਝ ਪਾਉਣ ਦਾ ਜੀ ਕਰਦਾ ਹੋਵੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਾਲ ਦੇ ਜ਼ਰੀਏ ਤੁਸੀਂ ਜਿਹੜਾ ਆ ਸਾਡੇ ਨਾਲ ਜੁੜ ਕੇ ਇਸ ਪ੍ਰੋਗਰਾਮ ਦੀ ਰੌਣਕ ਨੂੰ ਤੁਸੀਂ ਵਧਾ ਸਕਦੇ ਆ ਤੇ ਤੁਸੀਂ ਕਾਲ ਜਿਹੜਾ ਆ ਬ੍ਰੇਕ ਤੋਂ ਬਾਅਦ ਕਰਿਓ ਤੇ ਅੱਜ ਦੇ ਜਿਹੜੇ ਅਸੀਂ ਕੁਝ ਇਤਿਹਾਸਿਕ ਘਟਨਾਵਾਂ ਅੱਜ ਦੇ ਦਿਨ ਦੇ ਨਾਲ ਸਾਂਝੀਆਂ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਸਿਹਤ ਸੰਬੰਧੀ ਸਾਡੀ ਸਿਹਤ ਜਿਹੜੀ ਆ ਬਿਲਕੁਲ ਸਹੀ ਹੋਏਗੀ ਤਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਹੋਰ ਜਿਹੜੀਆਂ ਪ੍ਰਕਿਰਿਆਵਾਂ ਜਾਂ ਕਿਰਿਆਵਾਂ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਆ ਵੀਡੀਓ ਅਸੀਂ ਦੇਖਾਂਗੇ ਅੱਜ ਦਾ ਕਿ ਅੱਜ ਦਾ ਜੋ ਸਾਡਾ ਵੀਡੀਓ ਆ ਉਸ ਵੀਡੀਓ ਦੇ ਵਿੱਚ ਸਾਨੂੰ ਕੀ ਹੈਲਥ ਟਿਪਸ ਮਿਲਣ ਵਾਲੇ ਨੇ ਜਾਂ ਵੀਡੀਓ ਦੇ ਵਿੱਚ ਕੀ ਆ ਉਸ ਤੋਂ ਬਾਅਦ ਚੋਂ ਅਸੀਂ ਵੀਡੀਓ ਤੇ ਚਰਚਾ ਕਰਾਂਗੇ ਤੇ ਅੱਗੇ ਲੈ ਕੇ ਜਾਵਾਂਗੇ ਤੁਹਾਨੂੰ ਇਤਿਹਾਸ ਵਾਲ ਪੰਜਾਬ ਦੀਆਂ ਘਟਨਾਵਾਂ ਸਰਗਰਮੀਆਂ ਤੇ ਵਕ ਵਕ ਜਿਹੜਾ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸਰਗਰਮੀਆਂ ਹੋ ਰਹੀਆਂ ਉਹਨਾਂ ਤੇ ਵੀ ਜੜੀਆ ਇੱਕ ਝਾਤ ਮਾਰਾਂਗੇ ਆਓ ਦੇਖਦੇ ਹਾਂ ਇੱਕ ਛੋਟਾ ਜਿਹਾ ਵੀਡੀਓ ਤੇ ਦਰਸ਼ਕੋ ਲਓ ਹੁਣ ਸੁਨੋ ਸਿਹਤ ਸੰਬੰਧੀ ਜਾਣਕਾਰੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਨਮਕ ਦੇ ਸੇਵਨ ਬਾਰੇ ਕਿ ਭੋਜਨ ਵਿੱਚ ਲੂਣ ਦਾ ਸੇਵਨ ਘੱਟ ਕਰੋਗੇ ਤਾਂ ਸਰੀਰ ਨੂੰ ਹੋਣਗੇ ਇਹ 7 ਫਾਇਦੇ ਜਦੋਂ ਵੀ ਕਿਸੇ ਨੂੰ ਹਾਈਪਰਟੈਨਸ਼ਨ ਦੀ ਸਮੱਸਿਆ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਨਮਕ ਦਾ ਸੇਵਨ ਘੱਟ ਕਰਨ ਲਈ ਕਿਹਾ ਜਾਂਦਾ ਹੈ ਸਾਲ 2015 ਵਿੱਚ ਹੋਈ ਇੱਕ ਖੋਜ ਅਨੁਸਾਰ ਖੁਰਾਕ ਵਿੱਚ ਨਮਕ ਦੀ ਜ਼ਿਆਦਾ ਮਾਤਰਾ ਕਾਰਨ ਆਮ ਆਬਾਦੀ ਜੋ ਕਿ ਵਿਸ਼ਵ ਦੀ ਲਗਭਗ 30% ਆਬਾਦੀ ਹੈ ਉਸ ਵਿੱਚ ਹਾਈਪਰਟੈਨਸ਼ਨ ਦੀ ਸਮੱਸਿਆ ਵੀ ਜ਼ਬਰਦਸਤ ਵਾਧਾ ਹੋਇਆ ਹੈ ਇਹੀ ਕਾਰਨ ਹੈ ਕਿ ਜੋ ਲੋਕ ਰੋਜ਼ਾਨਾ ਅਦਾਰਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਪਾਏ ਜਾਂਦੇ ਹਨ ਉਹਨਾਂ ਨੂੰ ਨਮਕ ਦੀ ਮਾਤਰਾ ਘੱਟ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਲਈ ਜਿਨ੍ਹਾਂ ਲੋਕਾਂ ਨੂੰ ਹਾਈਪਰ ਟੈਂਸ਼ਨ ਤੇ ਡਾਇਬਟੀਜ਼ ਹੈ ਉਹ ਆਪਣੇ ਘਰਾਂ ਵਿੱਚ ਖਾਣੇ ਵਿੱਚ ਨਮਕ ਦੀ ਘੱਟ ਵਰਤੋਂ ਕਰਦੇ ਹਨ ਜੋ ਕਿ ਇੱਕ ਚੰਗੀ ਆਦਤ ਵੀ ਹੈ ਪਰ ਲੋਕਾਂ ਨੂੰ ਜਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਇਹ ਹੈ ਕਿ ਬਹੁਤ ਜ਼ਿਆਦਾ ਨਮਕ ਖਾਣਾ ਨਾ ਸਿਰਫ ਦਿਲ ਤੇ ਗੁਰਦਿਆਂ ਲਈ ਖਤਰਨਾਕ ਹੈ ਬਲਕਿ ਸਮੁੱਚੀ ਸਿਹਤ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਤਾਂ ਆਓ ਜਾਣਦੇ ਹਾਂ 加ਟ ਨਮਕ ਖਾਨ ਦੇ ਅਜਿਹੇ ਸੱਤ ਕਾਰਨ ਜਿਸ ਨਾਲ ਤੁਹਾਡੇ ਸਰੀਰ ਨੂੰ ਫਾਇਦਾ ਹੋ ਸਕਦਾ ਹੈ ਜਿਵੇਂ ਕਿ ਕਈ ਖੋਜਾਂ ਦੁਆਰਾ ਸਾਬਿਤ ਕੀਤਾ ਗਿਆ ਹੈ ਕਿ ਖੁਰਾਕ ਵਿੱਚ ਸੋਡੀਅਮ ਦੀ ਜ਼ਿਆਦਾ ਮਾਤਰਾ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵਧਾ ਸਕਦੀ ਹੈ ਤੇ ਇਹ ਲੰਬੇ ਸਮੇਂ ਵਿੱਚ ਤਮਨੀਆਂ ਦਿਲ ਤੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਪੋਜਨ ਵਿੱਚ ਨਮਕ ਨੂੰ ਘੱਟ ਰੱਖਣ ਨਾਲ ਨਾ ਸਿਰਫ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਸਗੋਂ ਦਿਲ ਦੀ ਸਿਹਤ ਵੀ ਠੀਕ ਰਹਿੰਦੀ ਹੈ ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ ਜੋ ਲੋਕ ਪੋਜਨ ਚ ਨਮਕ ਦੀ ਮਾਤਰਾ ਘੱਟ ਰੱਖਦੇ ਹਨ ਉਹ ਲੰਬੇ ਸਮੇਂ ਤੱਕ ਜਿਉਂਦੇ ਰਹਿੰਦੇ ਹਨ ਦਿਲ ਦੇ ਰੋਗਾ ਤੋਂ ਬਚਾ ਕਿਉਂਕਿ ਘਟਨਾਮਕ ਖਾਨ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ ਇਸ ਨਾਲ ਹਾਰਟ ਅਟੈਕ ਸਟ੍ਰੋਕ ਤੇ ਦਿਲ ਦੀਆਂ ਹੋਰ ਬਿਮਾਰੀਆਂ ਦਾ ਖਤਰਾ ਵੀ ਘਟ ਜਾਂਦਾ ਹੈ ਬ੍ਰਿਟਿਸ਼ ਮੈਡੀਕਲ ਜਨਰਲ ਬੀ ਐਮ ਜੇ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ ਇਹ ਪਾਇਆ ਗਿਆ ਕਿ ਪ੍ਰੀ ਹਾਈਪਰਟੈਨਸ਼ਨ ਵਾਲੇ ਲੋਕ ਜੋ ਖੁਰਾਕ ਵਿੱਚ ਘੱਟ ਸੋਡੀਅਮ ਦਾ ਸੇਵਨ ਕਰ ਰਹੇ ਸਨ ਉਹਨਾਂ ਵਿੱਚ ਕਾਰਡੀਓ ਵੈਸਕੂਲਰ ਬਿਮਾਰੀਆਂ ਦਾ ਖਤਰਾ ਪੱਤੀ ਤੋਂ 30% ਘਟ ਸੀ ਇਸ ਤੋਂ ਇਲਾਵਾ ਘੱਟ ਨਮਕ ਖਾਨ ਨਾਲ ਵੀ ਹਾਰਟ ਅਟੈਕ ਜਾਂ ਦਿਲ ਦੀ ਸਰਜਰੀ ਤੋਂ ਬਾਅਦ ਰਿਕਵਰੀ ਠੀਕ ਹੁੰਦੀ ਹੈ ਪੇਟ ਫੁੱਲਣ ਦੀ ਸਮੱਸਿਆ ਨਹੀਂ ਹੁੰਦੀ ਤੁਸੀਂ ਭੋਜਨ ਵਿੱਚ ਜਿੰਨਾ ਘੱਟ ਨਮਕ ਦਾ ਸੇਵਨ ਕਰਦੇ ਹੋ ਉਹਨਾਂ ਹੀ ਤੁਹਾਡੀ ਪਾਚਨ ਪ੍ਰਣਾਲੀ ਤੇ ਸਮੁੱਚੀ ਸਿਹਤ ਲਈ ਚੰਗਾ ਹੁੰਦਾ ਹੈ ਅਜੀਹਾ ਇਸ ਲਈ ਹੁੰਦਾ ਕਿਉਂਕਿ ਜ਼ਿਆਦਾ ਨਮਕ ਖਾਣ ਨਾਲ ਕੋਸ਼ਿਕਾਵਾਂ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਇਸ ਨਾਲ ਨਾ ਸਿਰਫ ਪੇਟ ਫੁੱਲਦਾ ਸਗੋਂ ਚਿਹਰਾ ਵੀ ਸੂਜਣ ਲੱਗਦਾ ਹੈ ਜੇਕਰ ਤੁਸੀਂ ਚਿਹਰੇ ਤੇ ਸੋਜ ਤੇ ਲਗਾਤਾਰ ਫੁੱਲਣ ਤੋਂ ਬਚਣਾ ਚਾਹੁੰਦੇ ਹੋ ਤਾਂ ਨਮਕ ਦਾ ਸੇਵਨ ਘੱਟ ਕਰੋ ਕੈਂਸਰ ਦਾ ਖਤਰਾ ਵੀ ਘਟ ਹੁੰਦਾ ਹੈ ਜੀ ਹਾਂ ਖੋਜ ਵਿੱਚ ਦੇਖਿਆ ਗਿਆ ਹੈ ਕਿ ਭੋਜਨ ਵਿੱਚ ਨਮਕ ਦੀ ਜ਼ਿਆਦਾ ਮਾਤਰਾ ਕੋਲਨ ਕੈਂਸਰ ਦਾ ਖਤਰਾ ਵਧਾਉਂਦੀ ਹੈ ਲੂਣ ਦਾ ਜ਼ਿਆਦਾ ਸੇਵਨ ਪੇਟ ਦੀ ਅੰਦਰਲੀ ਪਰਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਸੇ ਅਧਿਐਨ ਨੇ ਇਹ ਵੀ ਦਿਖਾਇਆ ਹੈ ਕਿ ਘਟ ਨਮਕ ਵਾਲੀ ਖੁਰਾਕ ਨਾ ਸਿਰਫ ਤੁਹਾਡੇ ਕੋਲਨ ਕੈਂਸਰ ਦੇ ਜੋਖਮ ਨੂੰ ਘਟਾ ਸਕਦੀ ਹੈ ਬਲਕਿ ਸਮੁੱਚੀ ਸਿਹਤ ਨੂੰ ਵੀ ਸੁਧਾਰ ਸਕਦੀ ਹੈ। ਸਾਡੇ ਸਰੀਰ ਵਿੱਚ ਕੈਲਸ਼ੀਅਮ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਿਆ ਜਾਂਦਾ ਹੈ ਤੇ ਕਿੰਨਾ ਕੈਲਸ਼ੀਅਮ ਛੱਡਿਆ ਜਾਵੇਗਾ ਇਹ ਸਾਡੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਭੋਜਨ ਵਿੱਚ ਨਮਕ ਦੀ ਜ਼ਿਆਦਾ ਮਾਤਰਾ ਲੈਂਦੇ ਹਾਂ ਤਾਂ ਪਿਸ਼ਾਬ ਤੋਂ ਜ਼ਿਆਦਾ ਕੈਲਸ਼ੀਅਮ ਨਿਕਲਦਾ ਹੈ ਜਿਸ ਕਾਰਨ ਹੱਡੀਆਂ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਜਿਵੇਂ ਜੋ ਲੋਕ ਜ਼ਿਆਦਾ ਨਮਕ ਖਾਂਦੇ ਹਨ ਉਹਨਾਂ ਦੇ ਕਿਡਨੀ ਨੂੰ ਸਰੀਰ ਤੋਂ ਲੂਨ ਨੂੰ ਖਤਮ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਕਾਰਨ ਪੇਸ਼ਾਬ ਰਾਹੀਂ ਜ਼ਿਆਦਾ ਕੈਲਸ਼ੀਅਮ ਵੀ ਨਿਕਲ ਜਾਂਦਾ ਹੈ ਇਸ ਨਾਲ ਗੁਰਦੇ ਦੀ ਪੱਥਰੀ ਤੇ ਗੁਰਦੇ ਦੀਆਂ ਹੋਰ ਬਿਮਾਰੀਆਂ ਹੋ ਸਕਦੀਆਂ ਹਨ ਜ਼ਿਆਦਾ ਲੂਨ ਦਾ ਸੇਵਨ ਦਿਮਾਗ ਦੇ ਕੰਮ ਨੂੰ ਵੀ ਪ੍ਰਭਾਵਿਤ ਕਰਦਾ ਹੈ ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀਆਂ ਤਮਨੀਆਂ ਬਲੌਕ ਜਾਂ ਤੰਗ ਹੋ ਜਾਂਦੀਆਂ ਹਨ ਜਿਸ ਨਾਲ ਦਿਮਾਗ ਨੂੰ ਖੂਨ ਦੀ ਸਪਲਾਈ ਘਟ ਜਾਂਦੀ ਹੈ ਇਸ ਤੋਂ ਇਲਾਵਾ ਇਹ ਆਕਸੀਡੇਟਿਵ ਤਣਾਅ ਤੇ ਬਲੱਡ ਪ੍ਰੈਸ਼ਰ ਨੂੰ ਵੀ ਵਧਾਉਂਦਾ ਹੈ ਜਿਸ ਨਾਲ ਦਿਮਾਗ ਦੀ ਸਿਹਤ ਤੇ ਅਸਰ ਪੈਂਦਾ ਹੈ ਕਿ WHO ਇਹ ਵੀ ਸਿਫਾਰਿਸ਼ ਕਰਦਾ ਹੈ ਕਿ ਸਿਹਤਮੰਦ ਰਹਿਣ ਲਈ ਦਿਨ ਵਿੱਚ 5 ਗ੍ਰਾਮ ਤੋਂ ਵੱਧ ਨਮਕ ਨਾ ਖਾਓ ਖਾਸ ਕਰ ਜੇ ਤੁਸੀਂ ਹਾਈਪਰਟੈਨਸ਼ਨ ਤੇ ਪੁਰਾਣੀ ਬਿਮਾਰੀ ਤੋਂ ਪੀੜਤ ਹੋ ਇਹ ਸੰ ਸਿਹਤ ਸੰਬੰਧੀ ਕੁਝ ਜਾਣਕਾਰੀਆਂ ਤੇ ਅਸੀਂ ਦੇਖਿਆ ਛੋਟਾ ਜਿਹਾ ਵੀਡੀਓ ਤੇ ਹੁਣ ਮੇਰੇ ਨਾਲ ਮੇਰੇ ਸਾਥੀ ਜਿਹੜੇ ਇੱਥੇ ਮੌਜੂਦ ਨੇ ਰੂਹੀ ਗਰੋਬਰ ਜੀ ਉਹਨਾਂ ਦੇ ਨਾਲ ਅਸੀਂ ਸਾਂਝ ਪਾਵਾਂਗੇ ਤੇ ਵਧਾਂਗੇ ਇਤਿਹਾਸ ਵੱਲ ਜੀ ਸਤਿ ਸ਼੍ਰੀ ਗੁਰਦਾ ਜੀ ਗੁੱਡ ਮਾਰਨਿੰਗ ਸੰਗਤ ਦੇਖ ਕੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਹਮੇਸ਼ਾ ਵਾਂਗ ਜੋ ਪ੍ਰੋਗਰਾਮ ਦੀ ਰਸਮ ਹੈ ਪਹਿਲਾ ਔਰ ਅਦਾਕਾਰ ਦਿੰਨੇ ਆ ਕਿ ਜਿਹੜੇ ਸਾਰੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ 'ਚ ਜਿੱਥੇ ਲਾਈਵ ਜੁੜਨਾ ਚਾਹੁੰਦੇ ਨੇ ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ ਆਪਣੇ ਐਕਸਪੀਰੀਅੰਸes ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਨੇ ਕੋਈ ਉਹਨਾਂ ਦੇ ਮਨ 'ਚ ਸਵਾਲ ਹੈ ਜੋ ਸਾਨੂੰ ਪੁੱਛਣਾ ਚਾਹੁੰਦੇ ਨੇ ਜਾਂ ਕਹਿਣਾ ਚਾਹੁੰਦੇ ਨੇ ਤੇ ਤੁਸੀਂ ਥੱਲੇ ਸਕਰੀਨ 'ਤੇ ਦਿੱਤੇ ਨੰਬਰ 'ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਲੇਕਿਨ ਇਤਿਹਾਸ ਨੂੰ ਸੁਣਾਉਣ ਤੋਂ ਬਾਅਦ ਬਿਲਕੁਲ ਜੀ ਰੁਹੀਜ ਜ ਵੀ ਜਿਹੜਾ ਅਸੀਂ ਹੈਲਥ ਪੈਕੇਜ ਦਿੰਨੇ ਆ ਉਸ ਦੇ ਬਾਰੇ ਜਿਹੜੇ ਆ ਸਾਡੇ ਦਰਸ਼ਕਾਂ ਦੀ ਕੀ ਰਾਏ ਆ ਜਾਂ ਮਤਲਬ ਇਹ ਮੰਨਦੇ ਵਿੱਚ ਇਹਨਾਂ ਸੋਚਣ ਕਿ ਸ਼ਾਇਦ ਜੀ ਸਾਡੇ ਸਰੀਰ ਦੇ ਵਿੱਚ ਕੁਝ ਮਾੜੀ ਮੋਟੀ ਪ੍ਰਕਿਰਿਆ ਚੱਲਦੀ ਪਈ ਆ ਜਾਂ ਕੁਝ ਇਸ ਤਰ੍ਹਾਂ ਆ ਉਸ ਨੂੰ ਹਵਾ ਬਣਾ ਕੇ ਨਾ ਦੇਖਣ ਤੇ ਸਿਰਫ ਇੱਕ ਜ਼ਰੂਰੀ ਗੱਲਾਂ ਸਾਡੇ ਧਿਆਨ ਦੇ ਵਿੱਚੋਂ ਮਤਲਬ ਆਉਣੀਆਂ ਜ਼ਰੂਰੀ ਨੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਡਾਕਟਰ ਸਾਨੂੰ ਬਹੁਤ ਜ਼ਿਆਦਾ ਦੱਸ ਦਿੰਦੇ ਨੇ ਆਪਣੇ ਵੱਲੋਂ ਸਹੀ ਜਿਸ ਤਰ੍ਹਾਂ ਉਹਨਾਂ ਦੀ ਜਿਹੜੀ ਆ ਪੜ੍ਹਾਈ ਕੀਤੀ ਹੁੰਦੀ ਆ ਮੰਨ ਲਓ ਕਿ ਜੇ ਸਿਰ ਦਰਦ ਹੁੰਦਾ ਆ ਤਾਂ ਉਹ ਇਸ ਨੂੰ ਜਿਹੜਾ ਆ ਮਾਈਗਰੇਨ ਦੇ ਨਾਲ ਵੀ ਜੋੜ ਕੇ ਦੇਖਦੇ ਨੇ ਜਾਂ ਬਲੱਡ ਦੀ ਬਲਾਕੇਜ ਦੇ ਨਾਲ ਵੀ ਜੋੜ ਕੇ ਦੇਖਦੇ ਨੇ ਜਾਂ ਸਿਰ ਦੇ ਵਿੱਚ ਸੱਟ ਲੱਗੀ ਹੋਵੇ ਉਸ ਦੇ ਨਾਲ ਵੀ ਦੇੜਦੇ ਨੇ ਜਾਂ ਜਾਂ ਕੁਝ ਬੋਨਸ ਵਗੈਰਾ ਜਿਹੜੀਆਂ ਨੇ ਉਹ ਦਬਾਅ ਦੇ ਵਿੱਚ ਆਈਆਂ ਹੋਣ ਜਾਂ ਟੁੱਟੀਆਂ ਹੋਣ ਜਾਂ ਕਿਵੇਂ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਇਸ ਜਿਹੜਾ ਬਿਮਾਰੀ ਨੂੰ ਕਈ ਪੱਖ ਤੋਂ ਦੇਖਦੇ ਹੁੰਦੇ ਨੇ ਤੇ ਉਹ ਡਾਕਟਰ ਸਾਨੂੰ ਕਈ ਵਾਰੀ ਦੱਸ ਦਿੰਦੇ ਨੇ ਪਰ ਅਸੀਂ ਉਹਨਾਂ ਨੂੰ ਜਿਹੜਾ ਦਿਮਾਗ ਦੇ ਉੱਤੇ ਲੈ ਕੇ ਜਿਹੜਾ ਆ ਕਾਫੀ ਜਿਹੜਾ ਐ ਟੈਨਸ਼ਨ ਲੈ ਲੰਨੇ ਆ ਤੇ ਅਸੀਂ ਇਹ ਸੋਚਦੇ ਆ ਕਿ ਸਾਨੂੰ ਪਤਾ ਨਹੀਂ ਕਿ ਕਿੱਡੀ ਵੱਡੀ ਬਿਮਾਰੀ ਹੋਗੀ ਸ਼ਾਇਦ ਸਾਨੂੰ ਇਹੀ ਬਿਮਾਰੀ ਪੱਕਾ ਹੀ ਹੋਏਗੀ ਤੇ ਇਦਾਂ ਦੀਆਂ ਜਿਹੜੀਆਂ ਨੇ ਸਾਡੇ ਮੰਦੀਆਂ ਧਾਰਨਾਵਾਂ ਹੁੰਦੀਆਂ ਨੇ ਉਹਦੇ ਕਰਕੇ ਅਸੀਂ ਜਿਹੜਾ ਆ ਦਿਨੋ ਦਿਨ ਹੋਰ ਰੋਗੀ ਹੁੰਦੇ ਜਾਂਦੇ ਆ ਸਿਰਫ ਜਿਹੜੀ ਹੈਲਥ ਪੈਕੇਜ ਜਿਹੜਾ ਸਾਡੇ ਵੱਲੋਂ ਦਿੱਤਾ ਜਾਂਦਾ ਆ ਜਾਂ ਮਤਲਬ ਦੇਸੀ ਨੁਕਸੇ ਦਿੱਤੇ ਜਾਂਦੇ ਨੇ ਹੋ ਸਕਦਾ ਕਿਤੇ ਨਾ ਕਿਤੇ ਤੁਹਾਡੇ ਲਈ ਲਾਭਦਾਇਕ ਜਿਹੜੇ ਨੇ ਹੋ ਸਕਦੇ ਨੇ ਪਰ ਇੱਕ ਮਨ ਦੇ ਵਿੱਚ ਜਰੂਰ ਗੱਲ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਨਹੀਂ ਰੱਖਣੀ ਤੁਸੀਂ ਹਮੇਸ਼ਾ ਦੇ ਲਈ ਕਿ ਸਾਨੂੰ ਇਹ ਬਿਮਾਰੀ ਜਿਹੜੀ ਆ ਹੋਣੀ ਆ ਇਹ ਅੱਗੇ ਅੱਗੇ ਵਧੇਗੀ ਜਾਂ ਇਹ ਵੱਡੀ ਬਿਮਾਰੀ ਆ ਜਾਂ ਇਸ ਦਾ ਇਲਾਜ ਅਸੀਂ ਕਿਵੇਂ ਕਰਾਵਾਂਗੇ ਜਾਂ ਕਿਵੇਂ ਹੋਣਾ ਚਾਹੀਦਾ ਹੈ ਇਸ ਗੱਲ ਤੋਂ ਸਾਨੂੰ ਜਿਹੜਾ ਆ ਪਰਹੇਜ਼ ਕਰਨਾ ਚਾਹੀਦਾ ਆ ਕਿਉਂਕਿ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਕਾਫੀ ਜਿਹੜਾ ਆ ਅਸੀਂ ਬਤਾਂਦੇ ਆ ਹਾਂਜੀ ਤੇ ਸਾਨੂੰ ਜਿਹੜਾ ਆ ਇਸ ਦੇ ਬਾਰੇ ਜਿਹੜਾ ਆ ਕੋਈ ਜ਼ਿਆਦਾ ਟੈਂਸ਼ਨ ਲੈਣ ਦੀ ਲੋੜ ਨਹੀਂ ਹੈ ਛੋਟੇ ਮੋਟੇ ਜਿਹੜੇ ਘਰੇਲੂ ਉਪਚਾਰ ਨੇ ਚਾਹੇ ਸਾਡੇ ਬਾਡੀ ਦਾ ਜਿਹੜਾ ਆ ਪਸੀਨਾ ਉਸ ਦੀ ਬਦਬੂ ਆਉਂਦੀ ਆ ਉਹਦੇ ਕਈ ਤਰੀਕੇ ਨੇ ਚਾਹੇ ਚਾਹੇ ਡਿਓਡੈਂਟ ਅਸੀਂ ਯੂਜ਼ ਕਰਦੇ ਆ ਪਾウダー ਯੂਜ਼ ਕਰਦੇ ਆ ਪਰਫਿਊਮ ਵਗੈਰਾ ਯੂਜ਼ ਕਰਦੇ ਆ ਉਸੇ ਤਰ੍ਹਾਂ ਜਿਹੜਾ ਆ ਸਾਡੇ ਸਿਰ ਦਰਦ ਚੋ ਬਦਨ ਦਰਦ ਚ ਜਾਂ ਪਿੱਠ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਪੈਨ ਹੁੰਦਾ ਆ ਤੇ ਅਸੀਂ ਜਿਹੜਾ ਆ ਪੇਨ ਕਿਲਰ ਟੈਬਲੇਟ ਵੀ ਲੈਨੇ ਆ ਇਸੇ ਤਰ੍ਹਾਂ ਜਿਹੜੇ ਆ ਛੋਟੇ ਮੋਟੇ ਜਿਹੜੇ ਆ ਨੁਕਸੇ ਘਰੇਲੂ ਉਪਚਾਰ ਜਾਂ ਸਾਡੇ ਵੱਲੋਂ ਜਿਹੜੀਆਂ ਕੁਝ ਡਾਕਟਰਸ ਨੇ ਜਿਹੜੀਆਂ ਕੁਝ ਕਾੜਾ ਕੱਢੀਆਂ ਹੁੰਦੀਆਂ ਨੇ ਜਾਂ ਮਤਲਬ ਦੱਸਿਆ ਹੁੰਦਾ ਆ ਵੀ ਜੇ ਛੋਟੇ ਮੋਟੇ ਨੂੰ ਤੁਸੀਂ ਇਸ ਤਰ੍ਹਾਂ ਜਿਹੜਾ ਦੂਰ ਕਰ ਸਕਦੇ ਹੋ ਪਰ ਇਸ ਨੂੰ ਜਿਹੜਾ ਆ ਆਲਸ ਵੀ ਨਹੀਂ ਕਰਨੀ ਕਿ ਹਾਂ ਜੀ ਛੋਟਾ ਮੋਟਾ ਦਰਦ ਆਇਆ ਤਾਂ ਕੋਈ ਗੱਲ ਨਹੀਂ ਇੱਕ ਦੋ ਦਿਨ ਤਿੰਨ ਦਿਨ ਚਾਰ ਦਿਨ ਹਫਤਾ ਦੋ ਹਫਤੇ ਚ ਠੀਕ ਹੋ ਜਾਏਗਾ ਤਾਂ ਡਾਕਟਰ ਨਾਲ ਜਿਹੜਾ ਆ ਉਹ ਸਲਾਹ مشورہ ਕਰਨਾ ਉਹ ਜ਼ਰੂਰੀ ਹੋਵੇਗਾ ਕਿਉਂਕਿ ਛੋਟੀ ਬਿਮਾਰੀ ਹੀ ਵੱਡਾ ਧਾਰਨ ਕਰ ਲੈਂਦੀ ਆ ਵੱਡੀ ਬਿਮਾਰੀ ਜਿਹੜੀ ਆ ਉਸ ਦਾ ਜਿਹੜਾ ਆ ਅਸੀਂ ਇਲਾਜ ਕਰਾਉਨੇ ਆ ਤਾਂ ਉਹ ਘਟ ਕੇ ਜਿਹੜੀ ਆ ਉਹ ਜੜੋ ਖਤਮ ਹੋ ਜਾਂਦੀ ਆ ਜੀ ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਸੀ ਗਰੂਹੀ ਜੀ ਕਿ ਜਿਹੜਾ ਆ ਸਾਡੇ ਦਰਸ਼ਕਾਂ ਨੂੰ ਮੈਂ ਇਹ ਅਪੀਲ ਕਰਦਾ ਹਾਂ ਕਿ ਜਿਹੜੇ ਸਾਡੇ ਵੱਲੋਂ ਦਿੱਤੇ ਹੈਲਥ ਪੈਕੇਜ ਦਿੱਤੇ ਹੁੰਦੇ ਨੇ ਉਹ ਤੁਹਾਡੇ ਲਈ ਲਾਭਦਾਇਕ ਹੋ ਸਕਦੇ ਨੇ ਇਹਨਾਂ ਨੂੰ ਤੁਸੀਂ ਜਾਣ ਕੇ ਜਿਹੜਾ ਆ ਛੋਟੇ-ਮੋਟੇ ਲੱਛਣਾਂ ਦੀ ਪਛਾਣ ਕਰ ਸਕਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਜਿਹੜਾ ਆ ਉਪਚਾਰ ਕਰ ਸਕਦੇ ਹੋ ਪਰ ਜਿਹੜਾ ਆ ਡਾਕਟਰ ਦੀ ਸਲਾਹ ਤੋਂ ਬਗੈਰ ਕੋਈ ਵੀ ਜਿਹੜਾ ਆ ਵੱਡਾ ਕਦਮ ਚੱਕਣ ਤੋਂ ਗੁਰੇਜ਼ ਕਰਨੀ ਬਿਲਕੁਲ ਜੀ ਹਾਂਜੀ ਤੇ ਹੁਣ ਅੱਗੇ ਵਧਦੇ ਇਤਿਹਾਸ ਦੇ ਵੱਲ ਬਿਲਕੁਲ ਜੀ ਤੇ ਅੱਜ ਦੇ ਇਤਿਹਾਸ ਵਿੱਚ ਕੀ ਆ ਖਾਸ ਬਿਲਕੁਲ ਜੀ ਅੱਜ ਦਾ ਜੋ ਸਾਡਾ ਇਤਿਹਾਸ ਹੈ ਉਹ ਹੈਗਾ ਆ ਅੱਜ ਦੇ ਦਿਨ ਦੇ ਨਾਲ ਹੀ ਜੁੜਿਆ 8 ਅਪ੍ਰੈਲ 1990 ਦੇ ਨਾਲ ਜੁੜਿਆ ਸ਼ਹੀਦ ਭਾਈ ਜਗਰਾਜ ਸਿੰਘ ਤੂਫਾਨ ਦੀ ਜੀਵਨ ਦੇ ਬਾਰੇ ਕੁਝ ਉਹਨਾਂ ਦੇ ਝਾਤ ਮਾਰਾਂਗੇ ਤੇ ਕਿਵੇਂ ਦਾ ਜੀਵਨ ਸੀਗਾ ਤੇ ਜਗਰਾਜ ਸਿੰਘ ਤੂਫਾਨ ਕੀ ਸੀ ਕੌਣ ਸਨ ਤੇ ਉਹਨਾਂ ਨੂੰ ਬਾਬਾ ਤੂਫਾਨ ਜਿਹੜਾ ਆ ਕਿਉਂ ਕਿਹਾ ਜਾਂਦਾ ਸੀ ਤੇ ਉਹਨਾਂ ਦਾ ਨਾਮ ਤੂਫਾਨ ਕਿਉਂ ਪਿਆ ਜੀ ਹਾਂਜੀ ਸ਼ਹੀਦ ਭਾਈ ਜਗਰਾਜ ਸਿੰਘ ਤੂਫਾਨ ਉਰਫ ਬਾਬਾ ਤੂਫਾਨ ਸਿੰਘ ਖਾਲਸਾ ਦਾ ਜਨਮ ਸੀ ਹਰਗੁਬਿੰਦਪੁਰ ਤੋਂ 5 ਕਿਲੋਮੀਟਰ ਦੂਰ ਪਿੰਡ ਚੀਮਾ ਖੁੱਡੀ ਵਿਖੇ ਸਧਾਰਨ ਜ਼ਿਮੀਦਾਰ ਪਿਤਾ ਮਹਿੰਦਰ ਸਿੰਘ ਦੇਕਰ ਮਾਤਾ ਹਰਬੰਸ ਕੌਰ ਦੀ ਕੁੱਖੋਂ 1970 ਵਿੱਚ ਹੋਇਆ ਪਾਈ ਸਾਹਿਬ ਜੀ ਪੰਜ ਪੜਾਏ ਦੇਖ ਲੋਤੇ ਪ੍ਰਾਪਤ ਹਨ ਆਪ ਜੀ ਮੁੱਢਲੀ ਵਿਦਿਆ ਪਿੰਡ ਚੀਮਾ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਤੇ ਅਗਲੀ ਪੜਾਈ ਸਰਕਾਰੀ ਹਾਈ ਸਕੂਲ શ્રી ਹਰਗੋਬਿੰਦਪੁਰ ਤੋਂ ਕੀਤੀ ਜੀ ਪਾਈ ਜੁਗਰਾਜ ਸਿੰਘ ਤੂਫਾਨ 1987 ਵਿੱਚ ਖਾਲਿਸਤਾਨ ਰਿਪਬਲੀਕੇਸ਼ਨ ਫੋਰਸ ਦੇ ਮੁਖ ਜਰਨੈਲ ਪਾਈ ਅਵਤਾਰ ਸਿੰਘ ਬ੍ਰਹਮਾ ਜੀ ਦੇ ਸੰਪਰਕ ਵਿੱਚ ਆਏ ਤੇ ਪਾਈ ਜੁਗਰਾਜ ਸਿੰਘ 1987 ਵਿੱਚ ਹੋਸ਼ਿਆਰਪੁਰ ਜੇਲ੍ਹ ਵਿੱਚੋਂ ਫਰਾਰ ਹੋਏ ਤੇ ਉਨੀ ਦਿਨੀ ਸਰਗਰਮ ਜਥੇਬੰਦੀ ਖਾਲਸਤਾਨ ਰਿਬਿਲੀਸ਼ਨ ਫੋਰਸ ਦੇ ਮੁਖੀ ਜਨਰਲ ਅਵਤਾਰ ਸਿੰਘ ਬ੍ਰਹਮਾ ਦੇ ਸਾਥੀ ਬਣ ਗਏ ਅਤੇ ਖਾੜਕੂ ਸੰਘਰਸ਼ ਵਿੱਚ ਅਜਿਹੇ ਬਹਾਦਰੀ ਭਰੇ ਦਲੇਰਾਨਾ ਕਾਰਨਾਮੇ ਕੀਤੇ ਜਿਨ੍ਹਾਂ ਸਦਕਾ ਪਾਈ ਅਵਤਾਰ ਸਿੰਘ ਬ੍ਰਹਮਾ ਨੇ ਪਾਈ ਸਾਹਿਬ ਸਿੰਘ ਨੂੰ ਬਾਬਾ ਤੂਫਾਨ ਸਿੰਘ ਨੂੰ ਖਾਲਸਾ ਦੇ ਉਪਨਾਮ ਨਾਲ ਜਿਹੜਾ ਆ ਉਹਨਾਂ ਨੂੰ ਸਨਮਾਨਿਤ ਕੀਤਾ ਜੀ ਜਨਰਲ ਬ੍ਰਹਮਾ ਦੀ ਸ਼ਹੀਦੀ ਤੋਂ ਬਾਅਦ ਵੀ ਆਪ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਪਾਈ ਗੁਰਜੰਤ ਸਿੰਘ ਬੁੱਤ ਸਿੰਘ ਵਾਲਾ ਨਾਲ ਡਿਪਟੀ ਚੀਫ ਰਹੇ ਪਾਈ ਬ੍ਰਹਮਾ ਦੇ ਪਦ ਚਨਤੇ ਚੱਲਦਿਆਂ ਹੋਇਆ ਪਾਈ ਸਾਹਿਬ ਜੀ ਨੇ ਸਿੱਖ ਸੰਗਠਨ ਨੂੰ ਬੜੀ ਮਜ਼ਬੂਤੀ ਨਾਲ ਲਗੇ ਰੋਇਆ ਪਾਈ ਜਗਰਾਤ ਸਿੰਘ ਤੂਫਾਨ ਦੇ ਅਰਥ ਲੋਕਾਂ ਲਈ ਹੋਰ ਤੇ ਹਿੰਦੁਸਤਾਨ ਦੀ ਹਕੂਮਤ ਲਈ ਵੱਖੋ ਵੱਖਰੇ ਸਨ ਪਾਈ ਜਗਰਾਤ ਸਿੰਘ ਤੂਫਾਨ ਲੋਕਾਈ ਦਾ ਮਦਦਗਾਰ ਨਿਹੱਥੇ ਮਜ਼ਲੂਮਾਂ ਲਈ ਸੁਰੱਖਿਆ ਦੀ ਢਾਲ ਬਣੇ ਕੌਮ ਦੇ ਗੱਦਾਰਾਂ ਤੇ ਅਤਿਆਚਾਰੀ ਹਾਕਮਾਂ ਲਈ ਪੈ ਦਾ ਤੂਫਾਨ ਬਣ ਕੇ ਵਿਚਰੇ ਸਿੱਖ ਪਰਵਾਹਤੋ ਜਬਰੀ ਫਿਰੋਤਿਆ ਲੈਣ ਵਾਲੇ ਤੇ ਸਿੱਖੀ ਪੇਸ ਵਿੱਚ ਵਿਚਰਦੇ ਸਰਕਾਰੀ ਤੇ ਗੈਰ ਸਰਕਾਰੀ ਟੋਲਿਆ ਵਿਰੁੱਧ ਸਖਤ ਸਟੈਂਡ ਲਿਆ। ਬੇਗੁਨਾਹਾਂ ਦੇ ਕਤਲਾ ਤੇ ਪਿੰਡਾਂ ਵਿੱਚੋਂ ਹਿੰਦੂਆਂ ਦੀ ਹਿਜਰਤ ਰੋਕਣ ਵਿੱਚ ਭਾਈ ਸਾਹਿਬ ਨੇ ਅਹਿਮ ਰੋਲ ਅਦਾ ਕੀਤਾ ਸੀ। ਇਸ ਤਰ੍ਹਾਂ ਭਾਈ ਜਗਰਾਤ ਸਿੰਘ ਤੂਫਾਨ ਲੋਕਾਂ ਦਾ ਨਾਇਕ ਬਣ ਗਏ। ਹੁਣ ਭਾਈ ਜਗਰਾਤ ਸਿੰਘ ਤੂਫਾਨ ਸਿਰਫ ਚੀਮਾ ਖੁੱਡੀ ਦੇ ਨਹੀਂ ਬਲਕਿ ਲੋਕਾਂ ਦੇ ਦਿਲਾਂ ਦੀ ਧੜਕਣ, ਲੋਕਾਂ ਦੇ ਤੂਫਾਨ ਸੀ ਜੋ ਜ਼ੁਲਮ ਦੇ ਪਹਾੜਾਂ ਨੂੰ ਰੋੜ ਕੇ ਲੈ ਜਾਂਦੇ ਤੇ ਮਲਜ਼ੂਮਾਂ ਦੀ ਹਥਿਆਰਬੰਦ ਗੈਰ ਸਰਕਾਰੀ ਤੇ ਸਰਕਾਰੀ ਟੋਲਿਆਂ ਤੋਂ ਟਾਲ ਬਣ ਕੇ ਰੱਖਿਆ ਕਰ ਰਹੀ ਸੀ ਦੂਜੇ ਪਾਸੇ ਸਰਕਾਰ ਦੇ ਨਜ਼ਰਾਂ ਵਿੱਚ ਉਹ ਇੱਕ ਬਾਗੀ ਸੰਗ ਤੇ ਹਿੰਦੂस्तानी ਸਰਕਾਰ ਦੀਆਂ ਹਥਿਆਰਬੰਦ ਫੋਰਸਾਂ ਉਸ ਦੀ ਪਾਲ ਵਿੱਚ ਚੱਪਾ-ਚੱਪਾ ਛਾਂਦ ਰਹੀਆਂ ਸਨ ਪਰ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗ ਰਹੀ ਸੀ ਵਾਈਜੂ ਗਰਾਜ ਸਿੰਘ ਦੀ ਅਗਵਾਈ ਹੇਠ ਪੂਰੇ ਪੰਜਾਬ ਅੰਦਰ ਉਹਨਾਂ ਦੇ ਖਾੜਕੂ ਸਾਥੀਆਂ ਨੇ ਸੁਰੱਖਿਆ ਫੋਰਸਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਜੀ ਵਾਈਜੂ ਗਰਾਜ ਸਿੰਘ ਤੂਫਾਨ ਤੇ ਸਾਥੀ ਸਿੰਘਾਂ ਨੇ ਸੁਰੱਖਿਆ ਫੋਰਸਾਂ ਦੀਆਂ ਗੱਡੀਆਂ ਉੱਤੇ ਗੁਰੀਲਾ ਹਮਲੇ ਜਾਰੀ ਰੱਖੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਗੋਵਿੰਦ RAM ਜ਼ਿਲ੍ਹਾ ਗਰਦਾਸਪੁਰ ਦੀਆਂ ਪੰਚਾਇਤਾਂ ਨੂੰ ਸੱਥਾਂ ਵਿੱਚ ਜਿਹੜਾ ਆ ਮਿਆ ਪਿਆ ਪਿਆ ਕੇ ਜਿਹੜਾ ਆ ਪੱਟਿਆ ਕੁੱਟਿਆ ਮਾਰਿਆ ਉਹਨਾਂ ਤੋਂ ਉਗਲਵਾਇਆ ਕਿ ਤੁਸੀਂ ਜੁਗਰਾਜ ਸਿੰਘ ਨੂੰ ਕਿਉਂ ਨਹੀਂ ਫੜਾਉਂਦੇ ਜੁਗਰਾਜ ਸਿੰਘ ਕਿੱਥੇ ਆ ਉਹਨਾਂ ਨੂੰ ਪੁੱਛਿਆ ਜ਼ਬਰਨ ਪੁੱਛਿਆ ਕਿ ਆਖਿਰ ਉਸ ਨੂੰ ਧਰਤੀ ਨਿਕਲ ਗਈ ਜਾਂ ਆਸਮਾਨ ਖਾ ਗਿਆ ਇਸੇ ਤਰ੍ਹਾਂ ਦੀ ਜਿਹੜੀ ਪੁੱਛ ਪੜਤਾਲ ਕੀਤੀ ਗਈ ਕਿਉਂਕਿ ਪਹਿਲਾਂ ਪੁਲਿਸ ਨੇ ਜਿਹੜਾ ਆ ਮਜ਼ਲੂਮਾਂ ਦੇ ਉੱਤੇ ਜਿਹੜਾ ਆ ਬਹੁਤ ਜ਼ਿਆਦਾ ਹਤਿਆਚਾਰ ਕੀਤਾ ਤੇ ਛੋਟੀ ਜੀ ਗੱਲ ਉੱਤੇ ਜਿਹੜਾ ਆ ਉਸ ਨੂੰ ਕੁੱਟਣਾ ਉਹਨਾਂ ਦੇ ਘਰਦਿਆਂ ਨੂੰ ਚੱਕ ਕੇ ਲੈ ਜਾਣਾ ਜਾਂ ਕਈ ਤਰ੍ਹਾਂ ਦੇ ਜਿਹੜੇ ਨੇ ਜ਼ੁਲਮ ਜਿਹੜੇ ਨੇ ਉਹ ਕੀਤੇ ਗੋਵਿੰਦ ਰਾਮ ਤੋਂ ਜਿਉਂ-ਜਿਉਂ ਲੋਕਾਂ ਤੇ ਜ਼ੁਲਮ ਦਾ ਕੋਹਾੜਾ ਚਲਾ ਰਿਹਾ ਸੀ ਲੋਕ ਭਾਈ ਜੁਗਰਾਤ ਸਿੰਘ ਤੂਫਾਨ ਦੇ ਹਮਦਰਦ ਹੁੰਦੇ ਗਏ ਗੋਬਿੰਦ RAM ਹਕੂਮਤ ਦੇ ਨਸ਼ੇ ਵਿੱਚ ਪੰਚਾਇਤਾਂ ਨੂੰ ਕੁੱਟਦਾ ਹੋਇਆ ਅਕਸਰ ਹੀ ਇਹ ਕਿਹਾ ਕਰਦਾ ਸੀ ਕਿ ਪਿੰਡ ਵਾਲਿਓ ਤੁਸੀਂ ਜੁਗਰਾਜ ਨੂੰ ਆਪਣੇ ਘਰਾਂ ਵਿੱਚ ਲੁਕਾਉਂਦੇ ਹੋ ਤੇ ਤੁਸੀਂ ਆਪਣੀਆਂ ਜਿਹੜੀਆਂ ਘਰਾਂ ਦੇ ਵਿੱਚ ਉਸ ਨੂੰ ਆਪਣਾ ਜਿਹੜਾ ਆ ਪਨਾਹ ਦਿੰਦੇ ਹੋ ਇਹ ਤੁਹਾਡੇ ਲਈ ਚੰਗਾ ਨਹੀਂ ਜੀ ਤੁਸੀਂ ਸ਼ੇਗੁਰ ਗੋਬਿੰਦ ਸਿੰਘ ਜੀ ਦਾ ਨਾਮ ਸੁਣਿਆ ਹੁਣ ਤੁਸੀਂ ਉਸ ਨੂੰ ਭੁੱਲ ਜਾਵੋਗੇ ਬਸ ਗੋਬਿੰਦ RAM ਨੂੰ ਹੀ ਯਾਦ ਰੱਖੋਗੇ ਗੋਬਿੰਦਰਾਮ ਨੇ ਐਲਾਨ ਕੀਤਾ ਹੋਇਆ ਸੀ ਕਿ ਮੈਂ ਜੁਗਰਾਜ ਨੂੰ ਛੱਡਣਾ ਨਹੀਂ ਜੇ ਬੱਚ ਵੀ ਗਿਆ ਤਾਂ ਉਸ ਨੂੰ ਆਪਣੇ ਇਲਾਕੇ ਵਿੱਚ ਨਹੀਂ ਰਹਿਣ ਦੇਵਾਂਗਾ। ਹਕੂਮੇ ਦੇ ਨਸ਼ੇ ਵਿੱਚ ਹਰਨਾਕਸ਼ ਬਣੇ ਗੋਬਿੰਦਰਾਮ ਨੂੰ ਮੌਤ ਦੇ ਰੱਬ ਦੋਵੇਂ ਭੁੱਲ ਗਈ ਸੀ। ਗੋਬਿੰਦਰਾਮ ਨੇ ਪੰਥ ਕਮੇਟੀ ਮੈਂਬਰ ਪਾਈ ਮਹਿਲ ਸਿੰਘ ਜੀ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਤੇ ਪਾਈ ਕੁਲਵੰਤ ਸਿੰਘ ਜੀ ਦੀ ਸਿੰਘਣੀ ਬੀਬੀ ਗੁਰਦੇਵ ਕੌਰ ਨੂੰ ਚੁੱਕ ਕੇ ਅੰਨ ਤਸ਼ੱਦਦ ਦਿੱਤਾ। ਗੋਬਿੰਦਰਾਮ ਦੇ ਜ਼ੁਲਮਾਂ ਦਾ ਜਵਾਬ ਦਿੰਦਿਆਂ ਖੜਕੂਆ ਨੇ ਗੋਬਿੰਦਰਾਮ ਦਾ ਮੁੰਡਾ ਗੋਲੀਆਂ ਮਾਰ-ਮਾਰ ਕੇ ਮਾਰ ਦਿੱਤਾ। ਤੇ ਗੋਬਿੰਦ RAM ਨੇ ਵੀ ਆਪਣੇ ਹਸ਼ਰ ਲਈ ਤਿਆਰ ਰਹਿਣ ਲੇ ਗਿਆ ਜਿਸ ਤੋਂ ਬਾਅਦ ਗੋਬਿੰਦ RAM ਨੇ ਆਪਣੇ ਜ਼ੁਲਮਾਂ ਦੀ ਤਾਰ ਹੋਰ ਠਿੱਕੀ ਕਰ ਦਿੱਤੀ ਗੋਬਿੰਦ RAM ਦੇ ਜ਼ੁਲਮਾਂ ਤੋਂ ਤੰਗ ਆ ਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਦੇ ਗਵਰਨਰ ਨੂੰ ਅਸਤੀਫਾ ਦੇ ਦਿੱਤੇ ਪੰਜਾਬ ਸਰਕਾਰ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਗੋਬਿੰਦ RAM ਦਾ ਜਦ ਅ ਪੀ ਪੀ ਹੈੱਡਕੁਆਰਟਰ ਤਬਾਦਲਾ ਕਰ ਦਿੱਤਾ ਜਿੱਥੇ ਖਾੜ ਕੋ ਯੋਧੇ ਭਾਈ ਜਗਰਾਜ ਸਿੰਘ ਤੂਫਾਨ ਦੀ ਅਗਵਾਈ ਹੇਠ ਸਿੰਗਾ ਨੇ ਅਤਿ ਸੁਰੱਖਿਆ ਵਾਲੇ ਪੰਜਾਬ ਪੁਲਿਸ ਦੇ ਪੀਏਪੀ ਹੈੱਡਕੁਆਰਟਰ ਵਿੱਚ ਉਸੇ ਦਫ਼ਤਰ ਅੰਦਰ ਬੰਬ ਨਾਲ ਉਸ ਤੇ ਚੀਥਰੇ ਉਡਾ ਦਿੱਤੇ ਤੇ ਅੰਤਮ ਰਸਮਾਂ ਲਈ ਉਸ ਦੀ ਮਿੱਟੀ ਵੀ ਨਾ ਰਹੀ ਜੀ ਹੁਣ ਤਾਂ ਪੁਲਿਸ ਵਾਲੇ ਇਸ ਖਾੜਕੂ ਯੋਧੇ ਨੂੰ ਖਤਮ ਕਰਨ ਲਈ ਪੱਪਾਂ ਪਾਰ ਹੋਏ ਪਏ ਸੀ ਆਪਣੇ ਪੁਲਸੀਏ ਟਾਊਟ ਹਥਿਆਰਾਂ ਸਮੇਤ ਪਗੋੜੇ ਕਰਾ ਕੇ ਤੂਫਾਨ ਦੀਆਂ ਖਾੜਕੂ ਸਫਾਂ ਵਿੱਚ ਰਲਾ ਦਿੱਤੇ ਜੋ ਮੌਕੇ ਮਿਲਣ ਤੇ ਭਾਈ ਜਗਰਾਜ ਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਸਿੱਧੇ ਹਾਥੀਪਾਈ ਜੁਗਰਾਜ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਸੀ ਗ੍ਰਿਫਤਾਰ ਕਰਨਾ ਵੀ ਔਖਾ ਸੀ ਮੁਸ਼ਕਿਲ ਸੀ ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆ ਫੋਰਸਾਂ ਦੇ ਵਸਤੋਂ ਇਹ ਜਿਹੜੀ ਆ ਗੱਲ ਬਾਹਰ ਹੁੰਦੀ ਦਿਸਦੀ ਸੀ ਪਾਈ ਜੁਗਰਾਜ ਸਿੰਘ ਤੂਫਾਨ ਅਖਬਾਰੀ ਬਿਆਨਾਂ ਤੱਕ ਸੀਮਤ ਰਹਿਣ ਨੂੰ ਸਿੱਖ ਸੰਘਰਸ਼ ਨਾਲ ਗਦਾਰੀ ਸਮਝਦਾ ਸੀ ਪਾਈ ਜੁਗਰਾਜ ਸਿੰਘ ਤੂਫਾਨ ਦੀਆਂ ਜਿਹੜੀਆਂ 18 ਤੇ ਕੁਝ ਦਿਨਾ ਤੋਂ ਛਾਪੇ ਜਿਹੜੇ ਨੇ ਮਾਰੇ ਜਾ ਰਹੇ ਸਨ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਉਹਨਾਂ ਨੂੰ ਖੋਜਿਆ ਜਾ ਰਿਹਾ ਸੀ ਚੱਪੇ-ਚੱਪੇ ਦੇ ਵਿੱਚ ਖੋਜਿਆ ਜਾ ਰਿਹਾ ਸੀ ਲੋਕਾਂ ਦੇ ਘਰਾਂ ਵਿੱਚ ਛਾਣਬੀਨ ਕੀਤੀ ਜਾ ਰਹੀ ਸੀ ਸਾਥੀ ਸਿੰਘਾਂ ਤੇ ਲੋਕਾਂ ਨੇ ਭਾਈ ਸਾਹਿਬ ਨੂੰ ਕਿਹਾ ਕਿ ਤੁਸੀਂ ਕੁਝ ਚਿਰ ਲਈ ਇਸ ਇਲਾਕੇ ਤੋਂ ਜਿਹੜਾ ਆ ਪਾਸੇ ਹੋ ਜਾਓ ਪੁਲਿਸ ਤੁਹਾਡੀ ਵੈਰੀ ਬਣੀ ਹੋਈ ਐ ਤੁਹਾਨੂੰ ਲੱਭ ਰਹੀ ਐ ਬਿੱਲੀਆਂ ਵਾਂਗੂ ਜਿਹੜੀ ਐ ਤੁਹਾਨੂੰ ਸੁੰਘ ਸੁੰਘ ਕੇ ਲੱਭ ਰਹੀ ਐ ਤਾਂ ਜੋ ਇਹ ਵੇਲਾ ਆ ਗਿਆ ਆ ਗਿਆ ਲੰਘ ਜਾਵੇ ਹਾਂਜੀ ਜਿਹੜਾ ਆ ਇਹ ਵੇਲਾ ਆ ਰਿਹਾ ਆ ਉਹ ਲੰਘ ਜਾਵੇ ਤਾਂ ਬਾਬਾ ਜੁਗਰਾਜ ਸਿੰਘ ਦਾ ਇਹ ਕਹਿਣਾ ਸੀਗਾ ਕਿ ਮਨੁੱਖ ਤੋਂ ਪਾਸੇ ਹੋ ਕੇ ਜਿਹੜਾ ਆ ਇਹ ਵੇਲਾ ਘਾਇਆ ਜਾ ਸਕਦਾ ਪਰ ਬੰਦਾ ਭੱਜ ਕੇ ਜਾਂ ਮੌਤ ਤੋਂ ਬਚ ਨਹੀਂ ਸਕਦਾ ਕਿ ਜੇ ਕਿਤੇ ਮੌਤ ਆਈ ਹੋਵੇ ਤੇ ਬੰਦਾ ਜਿਹੜਾ ਆ ਉਹ ਭੱਜ ਜਾਵੇ ਹੂੰ ਤੇ ਤਾਂ ਮੌਤ ਤਾਂ ਜਿਹੜੀ ਜਿੱਥੇ ਆਉਣੀ ਆ ਉੱਥੇ ਆਉਣੀ ਆ ਚਾਹੇ ਉਹ ਭੱਜਦਿਆਂ ਨੂੰ ਆ ਜਾਵੇ ਜਾਂ ਮਤਲਬ ਭੱਜਣ ਵੇਲੇ ਆ ਜਾਵੇ ਜਾਂ ਜਿੱਥੇ ਭੱਜ ਕੇ ਜਾਣਾ ਆ ਉੱਥੇ ਤੱਕ ਆਜਵੇ ਭਾਵੇਂ ਜਿੱਥੇ ਮਰਜੀ ਚਲੇ ਜਾਈਏ ਮੌਤ ਟਾਲ ਲੈ ਸਵਾਸਾਂ ਦੀ ਪੂੰਜੀ ਖਤਮ ਹੋਣ ਤੇ ਇਹ ਆ ਕੇ ਹੀ ਜਿਹੜੀ ਆ ਇਹ ਰੈਣੀ ਹੁੰਦੀ ਆ ਇਸ ਲਈ ਮੈਂ ਜਿਉਂਦਾ ਹਾਂ ਤਾਂ ਆਪਣੇ ਲੋਕਾਂ ਵਿੱਚ ਰਹਿ ਕੇ ਜੀਵਾਂਗਾ ਆਪਣੇ ਲੋਕਾਂ ਦੀ ਸੇਵਾ ਕਰਾਂਗਾ ਅਤੇ ਆਪਣੇ ਲੋਕਾਂ ਵਿੱਚ ਰਹਿ ਕੇ ਹੀ ਮਰਾਂਗਾ ਹਾਂਜੀ ਉਹਨਾਂ ਨੇ ਕਿਹਾ ਕਿ ਸ਼ਹੀਦੀ ਭਾਵੇਂ ਅੱਜ ਪ੍ਰਾਪਤ ਹੋਵੇ ਜਾਂ ਕੱਲ ਇਸ ਗੱਲ ਦੀ ਕੋਈ ਚਿੰਤਾ ਨਹੀਂ ਫਤਿਹ-ਏ-ਸ਼ਹਾਦਤ ਮੇਰਾ ਨਿਸ਼ਾਨਾ ਹੈ 7 ਅਪ੍ਰੈਲ 1990 ਨੂੰ ਪਾਈ ਜਗਰਾਤ ਸਿੰਘ ਤੂਫਾਨ ਤੇ ਸਾਥੀ ਦੀਆਂ ਸਮਸਾ ਪਿੰਡ ਦੇ ਬਾਹਰ ਬੀਐਸਐਫ ਤੇ ਪੰਜਾਬ ਪੁਲਿਸ ਨਾਲ ਮੁਕਾਬਲਾ ਹੋ ਗਿਆ ਜਿਸ ਵਿੱਚੋਂ ਸਾਰੇ ਸਿੰਘ ਕੇਰਾ ਤੋੜ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ ੜਕਸਾਰੀ ਸਾਡੇ 3:30 ਵਜੇ ਪਾਈ ਜਗਰਾਤ ਸਿੰਘ ਤੂਫਾਨ ਆਪਣੇ ਚਾਰ ਸਾਥੀਆਂ ਸਮੇਤ ਮਾੜੀ ਬੁਚੀਆਂ ਦੀ ਬਹਿਗ ਤੇ ਪਹੁੰਚੇ ਪਾਈ ਸਾਹਿਬ ਨੂੰ ਸਿੰਘ ਬਹੁਤ ਤੇਜ਼ ਬੁਖਾਰ ਚੜਿਆ ਹੋਇਆ ਸੀ ਪਾਈ ਸਾਹਿਬ ਜੀ ਨੇ ਘਰ ਵਾਲੇ ਪਰਿਵਾਰ ਨੂੰ ਕਿਹਾ ਕਿ ਪਾਉ ਲੂਣ ਚੌਲ ਤੇ ਦਹੀਂ ਚਾਹੀਦਾ ਕਿਉਂਕਿ ਮੈਂ ਬਿਮਾਰ ਹਾਂ ਇਸ ਕਰਕੇ ਪ੍ਰਸ਼ਾਦਾ ਨਹੀਂ ਹਾਂਜੀ ਅੰਬਰ ਜ਼ਰੀਪਾ ਸਾਚਾ ਪਾਉ ਹਾਂਜੀ ਤੇ ਘਰ ਵਾਲਿਆਂ ਨੇ ਦੂਜੇ ਸਿੰਘਾਂ ਨੂੰ ਚਾਹ ਪਿਆ ਦਿੱਤੀ ਤੇ ਪਾਈ ਸਾਹਿਬ ਨੂੰ ਲੂਣ ਵਾਲੇ ਚੌਲ ਦਹੀਂ ਨਾ ਛਿਗਾ ਦਿੱਤੇ ਸਾਰੇ ਸਿੰਘ ਪ੍ਰਸ਼ਾਦਾ ਪਾਣੀ ਛੱਕੇ ਸੋ ਗਏ ਦਿਨ ਚੜ੍ਹੇ ਜਦੋਂ ਉਸ ਘਰ ਵਾਲਿਆਂ ਦਾ ਜਵਾਈ ਮੋਟਰਸਾਈਕਲ ਤੇ ਘਰੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਬਹਿਕ ਨੂੰ ਪੰਜਾਬ ਪੁਲਿਸ ਤੇ ਬੀਐਸਐਫ ਨੇ ਘੇਰਾ ਪਾਇਆ ਹੋਇਆ ਹੈ ਉਸਨੇ ਵਾਪਸ ਮੁੜ ਕੇ ਭਾਈ ਜਗਰਾਤ ਸਿੰਘ ਤੂਫਾਨ ਤੇ ਬਾਕੀ ਦੇ ਸਿੰਘਾਂ ਨੂੰ ਇਸ ਬਾਰੇ ਸੂਚਿਤ ਕੀਤਾ ਭਾਈ ਸਾਹਿਬ ਨੇ ਜਾਂਚ ਕਰਨ ਤੋਂ ਬਾਅਦ ਸਾਥੀ ਸਿੰਘਾਂ ਨੂੰ ਕਿਹਾ ਕਿ ਇਹਰਾ ਬਹੁਤ ਸਖਤ ਹੈ ਪਰ ਆਪਾਂ ਬਹਿਕ ਵਿੱਚ ਗੋਲੀ ਨਹੀਂ ਚਲਾਉਣੀ ਨਹੀਂ ਤਾਂ ਇਹ ਪਰਿਵਾਰ ਬੇਦੋਸ਼ਾ ਹੀ ਮਾਰਿਆ ਜਾਵੇਗਾ ਹਥਿਆਰ ਸੰਭਾਲੋ ਤੇ ਬਹਿਕ ਤੋਂ ਬਾਹਰ ਮੁਕਾਬਲਾ ਕਰਨ ਦੀ ਤਿਆਰੀ ਕਰੋ ਭਾਈ ਜਗਰਾਤ ਸਿੰਘ ਦੇ ਸਾਥੀ ਸਿੰਘਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਸੱਚੇ ਬਾਦਸ਼ਾਹ ਇਹ ਦੇ ਤੇਰੀ ਅਮਾਨਤ ਹੈ ਜਦੋਂ ਚਾਹੋ ਕੌਮ ਦੇ ਲੇਖੇ ਲਾ ਲਵੋ ਮੈਦਾਨੇ ਜੰਗ ਵਿੱਚ ਸ਼ਹੀਦ ਕਰਵਾਓ ਜੀ ਉਹਦੇ ਜੀ ਦੁਸ਼ਮਣ ਦੇ ਹੱਥ ਨਾ ਆਉਂ ਦੇਣਾ ਜੀ ਅਰਦਾਸ ਕਰਕੇ ਸਿੰਘਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਇਆ ਜਿਵੇਂ ਸਿੱਖ ਰਵਾਇਤ ਹੈ ਤੇ ਸਿੱਖਾਂ ਨੂੰ ਇੱਕ ਅਲੱਗ ਤਰ੍ਹਾਂ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ ਇਹਨਾਂ ਦਾ ਜਿਹੜਾ ਆ ਇਹ ਕਹਿ ਸਕਦੇ ਆ ਕਿ ਇਹ ਭੁਲੇਖਾ ਮੁਗਲ ਰਾਜ ਨੂੰ ਵੀ ਸੀ ਤੇ ਅੰਗਰੇਜ਼ ਰਾਜ ਨੂੰ ਵੀ ਸੀ ਕਿ ਇਹ ਜਦੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜਕਾਰਾ ਲਾਉਂਦੇ ਨੇ ਉਦੋਂ ਇਹਨਾਂ ਦੇ ਵਿੱਚ ਅਲੱਗ ਤਰ੍ਹਾਂ ਦਾ ਜਜ਼ਬਾ ਦੇਖਿਆ ਜਾਂਦਾ ਇਹਨਾਂ ਦੇ ਫੇਸ ਦੇ ਉੱਤੇ ਅਲੱਗ ਤਰ੍ਹਾਂ ਦੀ ਰੋਹਾਨੀਅਤ ਦੇਖੀ ਜਾਂਦੀ ਹੈ ਇਹਨਾਂ ਦੇ ਅੰਦਰ ਅਲੱਗ ਤਰ੍ਹਾਂ ਦਾ ਜਿਹੜਾ ਆ ਉਹ ਜੋਰ ਵੀ ਆ ਜਾਂਦਾ ਹੈ ਤੇ ਉਸੇ ਤਰ੍ਹਾਂ ਭਾਈ ਜੁਗਰਾਜ ਸਿੰਘ ਹੋਣਾ ਨੇ ਜਦੋਂ ਵਹਿਗ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਯਾਦ ਕਰਦਿਆਂ ਹੋਇਆਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਜਿਹੜਾ ਆ ਉਹ ਜਕਾਰਾ ਕੀਤਾ ਭਾਈ ਜੁਗਰਾਜ ਸਿੰਘ ਭਾਈ ਬਖਸ਼ੀਸ਼ ਸਿੰਘ ਤੇ ਤਿੰਨ ਹੋਰ ਸਾਥੀਆਂ ਨੇ ਆਪਣੇ ਹਥਿਆਰ ਉੱਚੇ ਉ ਤਾਂ ਸੁੱਟ ਕੇ ਤਿੰਨ ਵਾਰ ਬੋਚੇ ਤੇ ਸਾਰੇ ਸਿੰਘ ਬਹਿਗ ਤੋਂ ਬਾਹਰ ਨਿਕਲ ਪਏ ਪਾਈ ਜੁਗਰਾਜ ਸਿੰਘ ਤੂਫਾਨ ਨੇ ਕਿਹਾ ਪੁਲਿਸ ਵਾਲਿਓ ਜੇ ਮੁਕਾਬਲਾ ਕਰਨਾ ਹੈ ਤਾਂ ਫੂਕਲ ਪੁਆਇੰਟ ਵੱਲ ਆ ਜਾਵੋ ਇੱਥੇ ਬਹੁਤ ਬੇਦੂਸ਼ੀਆਂ ਜਾਨਾ ਜਾਂਦੀਆਂ ਰਹਿਣਗੀਆਂ ਪਾਈ ਜੁਗਰਾਜ ਸਿੰਘ ਨੇ ਆਪਣੇ ਹਥਿਆਰ ਨੂੰ ਦੇ ਵਿੱਚ ਜਿਹੜਾ ਆ ਉਹ AK90 ਰਾਈਫਲ ਤੇ ਬੜਾ ਭਰੋਸਾ ਸੀ ਉਸ ਦੇ ਫਾਇਰ ਅੱਗੇ ਪੰਜਾਬ ਪੁਲਿਸ ਦੇ BF ਦੇ ਜਵਾਨ ਪਾਸਾ ਬਟਨ ਵਿੱਚ ਭਲਾ ਹੀ ਸਮਝਦੇ ਸੀ ਜਦੋਂ ਭਾਈ ਸਾਹਿਬ ਨੇ ਆਪਣੀ AK 94 ਦਾ ਮੂਵ ਵੈਰੀਆਂ ਵੱਲ ਕੀਤਾ ਤਾਂ ਉਸ ਵਿੱਚੋਂ ਕੋਈ ਵੀ ਗੋਲੀ ਨਾ ਚੱਲੀ ਭਾਈ ਸਾਹਿਬ ਜੀ ਨੇ ਜਦੋਂ ਹਥਿਆਰ ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਨਜ਼ਾਰਾ ਕੁਝ ਹੋਰ ਹੀ ਸੀ ਉਸ ਵਿੱਚੋਂ ਜਿਹੜਾ ਆ ਗੋਲੀਆਂ ਵਾਲਾ ਜਿਹੜਾ ਆ ਐਕਸਟੈਂਡਡ ਮਾਈਕ ਜਿਹੜਾ ਆ ਉਹ ਉੱਥੋਂ ਗਾਇਬ ਸੀ ਉਸ ਵਿੱਚ ਗੋਲੀਆਂ ਹੀ ਨਹੀਂ ਸੀ ਦੁਸ਼ਮਣ ਚਾਲ ਚੱਲਣ ਵਿੱਚ ਜਿਹੜਾ ਆ ਸਫਲ ਹੋ ਗਿਆ ਸੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਸੀਗਾ ਕਿ ਪੰਜਾਬ ਪੁਲਿਸ ਨੇ ਜਬ ਬੀਐਸਐਫ ਨੇ ਆਪਣੇ ਜਿਹੜੇ ਟਾਟ ਹੈ ਉਹ ਉਹਨਾਂ ਦੇ ਜਿਹੜਾ ਜਥੇ ਵਿੱਚ ਭੇਜ ਕੇ ਜਿਹੜਾ ਆ ਉਹਨਾਂ ਨੂੰ ਮਿਕਸ ਕਰ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਜਿਹੜੀ ਇਸ ਜਿਹੜੀ ਕੋਜੀ ਚਾਲ ਚੱਲੀ ਆ ਜਿਸ ਦੇ ਕਰਕੇ ਜਿਹੜਾ ਆ ਜਗਰਾਤ ਸਿੰਘ ਦੀ ਜਿਹੜੀ 9 ਏਕੇ 94 ਦੇ ਵਿੱਚ ਜਿਹੜੀਆਂ ਗੋੜੀਆਂ ਉਹ ਖਤਮ ਹੋ ਗਈਆਂ ਜਿਸ ਦੇ ਕਰਕੇ ਜਿਹੜਾ ਆ ਉਹ ਜੰਗ ਦੇ ਵਿੱਚ ਜਿਹੜਾ ਆ ਗੋੜੀਆਂ ਨਹੀਂ ਚਲਾ ਸਕੇ ਹੂੰ ਬਾਈ ਜਿਓਗਰਾਸਿੰਗ ਨੇ ਕਿਹਾ ਕਿ ਸਿੰਘੋ ਨਿੱਖੜ ਕੇ ਮੋਚੇ ਮਲ ਲਵੋ ਤੇ ਜਿਸ ਸਿੰਘ ਤੋਂ ਘੇੜਾ ਤੋੜ ਕੇ ਨਿਕਲਿਆ ਜਾਂਦਾ ਓ ਨਿਕਲ ਜਾਵੋ ਹੋਮਗਾਰਡ ਵਾਲਾ ਗੱਦਾਰ ਨਿਕਲਿਆ ਹੈ ਜਿਹੜਾ ਮੇਰੀ ਦਵਾਈ ਲੈਣ ਗਿਆ ਸੀ ਤੇ ਕਹਿੰਦਾ ਸੀ ਕਿ ਮੈਂ ਸ਼ਹਿਰੋਂ ਫਲ ਲੈ ਕੇ ਆਵਾਂਗਾ ਉਹ ਮੁੜਿਆ ਨਹੀਂ ਰਾਈਫਲ ਦੀ ਪਿੰਨ ਕੱਢਣ ਦੀ ਕਰਤੂਤ ਵੀ ਉਸਦੀ ਹੀ ਹੈ ਸਿੰਘੋ ਘਬਰਾਉਣਾ ਨਹੀਂ ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ ਦੁਸ਼ਮਣ ਨੂੰ ਲੋਹੇ ਦੇ ਚਣੇ ਚ ਬਾਓ ਤੇ ਜੂਝ ਕੇ ਸ਼ਹੀਦੀਆਂ ਪਾਓ ਜੋ ਬਚ ਕੇ ਨਿਕਲ ਸਕਦਾ ਓ ਨਿਕਲ ਜਾਵੇ ਕਰੋ ਨਿਕਲ ਕੇ ਬਾਬਾ ਜੁਗਰਾਜ ਸਿੰਘ ਤੇ ਬਾਕੀ ਸਿੰਘ ਕਮਾਤ ਦੇ ਖੇਤ ਵਿੱਚ ਦੀ ਹੋ ਤੁਰੇ ਰਣਨੀਤੀ ਅਨੁਸਾਰ ਤਿੰਨ ਸਿੰਘ ਇੱਕ ਪਾਸੇ ਨੂੰ ਤੇ ਪਾਈ ਜੁਗਰਾਜ ਸਿੰਘ ਤੇ ਪਾਈ ਬਖਸ਼ੀ ਸਿੰਘ ਇੱਕੇ ਪਾਸੇ ਨੂੰ ਹੋ ਤੁਰੇ ਕਮਾਤ ਦੇ ਖੇਤ ਵਿੱਚ ਜਦੋਂ ਅੱਗੇ ਵਧੇ ਤਾਂ ਵੱਡੀ ਹੋਈ ਕਨਕ ਦੀਆਂ ਬੰਨੀਆਂ ਭੰੀਆਂ ਦੀਆਂ ਪੰਡਾਂ ਦੇ ਉਹਲੇ ਲੁਕੇ ਪੁਲਿਸ ਵਾਲਿਆਂ ਨੇ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਇੱਕ ਗੋਲੀ ਪਾਈ ਜੁਗਰਾਜ ਸਿੰਘ ਦੀ ਲੱਤ ਵਿੱਚ ਵੱਜੀ ਜਿਸ ਨਾਲ ਲੱਤ ਨਕਾਰਾ ਹੋ ਗਈ ਪੁਲਿਸ ਵਾਲੇ ਕਿ ਰਾਤ ਤੰਗ ਕਰੀ ਆਉਂਦੇ ਸਨ ਪੁਲਿਸ ਨੇ ਪਿੱਛੇ ਤੱਕ ਲਈ ਪਾਈ ਬਖਸ਼ੀਸ਼ ਸਿੰਘ ਜੀ ਨੇ ਪੁਲਿਸ ਵਾਲ ਹੱਥ ਗੋਲੇ ਸੁੱਟੇ ਜਿਸ ਨਾਲ ਪੁਲਿਸ ਵਾਲੇ ਅੱਗੇ ਵਧਣ ਨੂੰ ਰੁਕ ਗਏ ਪਾਈ ਜਗਰਾ ਸਿੰਘ ਜੀ ਨੇ ਪਾਈ ਬਖਸ਼ੀਸ਼ ਸਿੰਘ ਨੂੰ ਕਿਹਾ ਹੁਣ ਮੈਂ ਸ਼ਹੀਦ ਹੋਵਾਂਗਾ ਤੇ ਤੂੰ ਆਪਣਾ ਬਚਾ ਕੇ ਨਿਕਲ ਜਾ ਪਾਈ ਬਖਸ਼ੀਸ਼ ਸਿੰਘ ਨੇ ਕਿਹਾ ਬਾਬਾ ਜੀ ਇਕੱਠੇ ਰਹੇ ਹਾਂ ਹੁਣ ਵੀ ਇਕੱਠੇ ਹੀ ਰਾਵਾਂਗੇ ਜੇ ਨਿਕਲੇ ਤਾਂ ਦੋਵੇਂ ਨਿਕਲਾਂਗੇ ਨਹੀਂ ਤਾਂ ਇਕੱਠੇ ਹੀ ਸ਼ਹੀਦ ਹੋਵਾਂਗੇ ਮੈਂ ਤੁਹਾਨੂੰ ਇਸ ਹਾਲਤ ਵਿੱਚ ਛੱਟ ਕੇ ਨਹੀਂ ਜਾ ਸਕਦਾ ਜੀ ਪਾਈ ਬਖਸ਼ੀਸ਼ ਸਿੰਘ ਨੇ ਪਾਈ ਜੁਗਰਾਜ ਸਿੰਘ ਜੀ ਨੂੰ ਆਪਣੇ ਮੋਟਿਆਂ ਤੇ ਚੁੱਕ ਕੇ ਸੜਕ ਤੱਕ ਲਿਆਂਦਾ ਪਾਈ ਬਖਸ਼ੀਸ਼ ਸਿੰਘ ਜੀ ਨੇ ਇੱਕ ਟਰੈਕਟਰ ਤੋਂ ਸਵਾਰ ਹੋ ਕੇ ਟਰੈਕਟਰ ਲੈ ਕੇ ਪਾਈ ਜੁਗਰਾਜ ਸਿੰਘ ਨੂੰ ਸੀਟ ਤੇ ਬਿਠਾ ਕੇ ਟਰੈਕਟਰ ਚ ਜਿਹੜਾ ਆ ਉਹ ਭਜਾ ਲਿਆ ਕੋਸ਼ਿਸ਼ ਕੀਤੀ ਕਿ ਅਸੀਂ ਇੱਥੋਂ ਬਚ ਕੇ ਨਿਕਲ ਜਾਈਏ ਅੱਗੇ ਵੀ ਪੁਲਿਸ ਦੀ ਵੱਡੀ ਗਿਣਤੀ ਮੌਜੂਦ ਸੀ ਤੇਜ਼ ਰਫਤਾਰ ਟਰੈਕਟਰ ਮੋੜ ਤੇ ਜਾ ਕੇ ਤੂੜੀ ਵਿੱਚ ਸੌਰੀ ਰੂੜੀ ਵਿੱਚ ਫਸ ਗਿਆ ਰੂੜੀ ਦੇ ਢੇਰ ਵਿੱਚ ਜੋ ਪਿੰਡਾਂ ਦੇ ਵਿੱਚ ਆਮ ਲੱਗਿਆ ਹੁੰਦਾ ਸੀ ਸੁਰੱਖਿਆ ਫੋਰਸਾਂ ਨੇ ਘੇਰਾ ਤੰਗ ਕਰਕੇ ਜਬਰਦਸਤ ਫਾਇਰਿੰਗ ਕੀਤੀ ਟਰੈਕਟਰ ਜਿਹੜਾ ਆ ਉਹ ਵੀ ਕਾਫੀ ਜਿਹੜਾ ਆ ਟੁੱਟ ਭੱਜ ਗਿਆ ਗੋਲੀਆਂ ਦੇ ਨਾਲ ਜਿਹੜਾ ਆ ਉਸ ਨੂੰ ਜਿਹੜੀ ਆ ਅੱਗ ਲੱਗ ਗਈ ਜੋ ਭਾਈ ਜੁਗਰਾਜ ਸਿੰਘ ਦੀ ਲੱਤ ਉੱਤੇ ਉਹ ਟਰੈਕਟਰ ਦੇ ਸਟੀering ਤੇ ਜਿਹੜਾ ਆ ਉਹ ਅੜ ਗਿਆ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਆ ਉਹ ਸ਼ਹੀਦੀ ਹੋ ਗਈ ਇਸ ਵੇਲੇ ਭਾਈ ਬਖਸ਼ੀ ਸਿੰਘ ਨੂੰ ਵੀ ਜਿਹੜੀਆਂ ਨੇ ਕਾਫੀ ਗੋਲੀਆਂ ਲੱਗੀਆਂ ਉਹ ਫੱਟੜ ਹੋ ਗਏ ਅਤੇ ਉਹਨਾਂ ਦੀ ਬਾਹ ਜਿਹੜੀ ਆ ਨਕਾਰਾ ਹੋ ਗਈ ਜੋ ਕੰਮ ਕਰਨ ਤੇ ਬਿਲਕੁਲ ਲਾਇਕ ਹੀ ਨਹੀਂ ਸੀ ਤੇ ਉਸ ਦੇ ਨਾਲ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ ਸੀ। ਬਾਰਸੂਰ ਮੇ ਦਾ ਦਿਲ ਤੇ ਇਰਾਦਾ ਇੰਨੀ ਦ੍ਰਿੜਤਾ ਸੀ ਚਾਹੇ ਅਸੀਂ ਇਹ ਕਹਿ ਸਕਦੇ ਆ ਕਿ ਸ਼ੁਰੂਆਤੀ ਦੇ ਵਿੱਚ ਜੋ ਬੋਲੇ ਸੋ ਨਿਹਾਰ ਦਾ ਜੈਕਾਰਾ ਲਾਇਆ ਸੀ ਸਤਿ ਸ਼੍ਰੀ ਅਕਾਲ ਤੇ ਉਹੀ ਆਕਾਰ ਪੁਰਖ ਨੇ ਜਿਹੜਾ ਆ ਉਸ ਦੇ ਵਿੱਚ ਜਿਹੜੀ ਆ ਇਹ ਦ੍ਰਿੜਤਾ ਭਰੀ ਹੋਵੇ। ਮੁਕਾਬਲਾ ਕਰਨ ਲਈ ਉਹ ਟਰੈਕਟਰ ਤੋਂ ਉੱਪਰ ਦੌੜ ਕੇ ਸਾਹਮਣੇ ਮਕਾਨਾਂ ਦੇ ਪਿੱਛੇ ਖੇਤਾ ਵੱਲ ਚਲੇ ਗਏ ਅਤੇ ਪੁਲਿਸ ਬੀਐਸਐਫ ਉੱਤੇ ਇੱਕ ਹੱਥ ਨਾਲ ਜੜੀਆਂ ਗੋਲੀਆਂ ਜੜੀਆਂ ਲਗਾਤਾਰ ਬਹਾਉਂਦੇ ਰਹੇ ਜੀ ਸੁਰੱਖਿਆ ਫੋਰਸਾਂ ਦੀਆਂ ਹਜ਼ਾਰਾਂ ਗੋਲੀਆਂ ਪਾਈ ਬਖਸ਼ੀ ਸਿੰਘ ਜੀ ਦੀ ਸੇਹ ਨੁਆਰੀਆਂ ਸਨ ਜਿਸ ਨਾਲ ਬਹਾਦਰ ਯੋਧੇ ਦਾ ਸਰੀਰ ਛਲਨੀ ਛਲਨੀ ਹੋ ਗਿਆ ਇਹ ਦੋਵੇਂ ਸੂਰਮੇ ਇਕੱਠੇ ਸ਼ਹੀਦ ਹੋਣ ਦਾ ਪਰੰਪਰਾ ਪੂਰਾ ਕਰ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਆਲਾ ਕਿਸਮ ਦੇ ਹਥਿਆਰਾਂ ਨਾਲ ਲੈਸ ਹਿੰਦੂस्तानी ਫੌਜਾਂ 10000 ਦੇ ਟਿੱਡੀ ਦਲ ਦੇ ਮੁਕਾਬਲੇ ਆਖਰ ਦੋ ਸਿੰਘ ਉਹ ਵੀ ਇੱਕ ਕੋਲ ਹਥਿਆਰ ਕਿੰਨਾ ਚੇਰਾੜਦੇ ਪਰ ਜੀਉਂਦੇ ਸਿੰਘਾਂ ਨੂੰ ਫੜਨਾ ਕਿਸੇ ਮਾਈ ਦੇ ਲਾਲ ਦੇ ਵਾਸਤਾ ਰੋਗ ਨਹੀਂ ਸੀ ਸਿੰਘਾਂ ਦਾ ਨਿਸ਼ਾਨਾ ਫਤਿਹ ਜਾਂ ਸ਼ਹਾਦਤ ਸੀ ਉਹ ਪੂਰਾ ਕਰ ਗਏ ਕੇ ਪੀ ਐਸ ਗਿਲ ਅਨੁਸਾਰ ਖਾੜਕੂ ਸਫਾ ਵਿੱਚ ਪਾਈ ਜਗਰਾਤ ਸਿੰਘ ਤੂਫਾਨ ਉਫ ਤੂਫਾਨ ਸਿੰਘ ਖਾਲਸਾ ਪਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਤੋਂ ਦੂਜੇ ਨੰਬਰ ਤੇ ਸਨ ਜੇਲ੍ਹ ਅਨੁਸਾਰ ਪਾਈ ਜਗਰਾਤ ਸਿੰਘ ਤੂਫਾਨ 3BSSF ਪੰਜਾਬ ਪੁਲਿਸ ਤੇ ਹੋਮਗਾਰਡ ਦੇ ਜਵਾਨਾਂ ਸਮੇਤ 150 ਤੋਂ ਵੱਧ ਕਤਲ ਕੇਸਾ ਵਿੱਚ ਪੁਲਿਸ ਨੂੰ ਰੋਣਦੇ ਸੀ ਲੋਕ ਆਪਣੇ ਹਰਮਨ ਪਿਆਰੇ ਪਾਈ ਜਗਰਾਤ ਸਿੰਘ ਤੂਫਾਨ ਤੇ ਪਾਈ ਬਖਸ਼ੀਰ ਸਿੰਘ ਜੀ ਦੇ ਸ਼ਹੀਦੀ ਸ਼ਰੀਰ ਲੈਣ ਲਈ ਵਹੀਰਾ ਘੱਟ ਗਏ ਸ਼੍ਰੀ ਹਰਗੋਬਿੰਦਪੁਰ ਥਾਣੇ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ 5000 ਤੋਂ ਵੱਧ ਸਿੱਖ ਬੀਬੀਆਂ ਨੇ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਅੱਗੇ ਪੁਲਿਸ ਦਾ ਪਿੱਟ ਸਿਆਪਾ ਕਰਨਾ ਸ਼ੁਰੂ ਕੀਤਾ ਲੋਕਾਂ ਦਾ ਹਜੂਮ ਟਰੈਕਟਰਾਂ ਟਰਾਲੀਆਂ ਤੇ ਸ਼੍ਰੀ ਹਰਗੋਬਿੰਦਪੁਰ ਵਿੱਚ ਇਕੱਠਾ ਹੋ ਗਿਆ ਆਪਣੇ ਪਿਆਰੇ ਸ਼ਹੀਦਾਂ ਦੀਆਂ ਲਾਸ਼ਾਂ ਪੁਲਿਸ ਤੋਂ ਪ੍ਰਾਪਤ ਕਰਨ ਲਈ ਤੇ ਆਪਣੇ ਹੱਥੀਂ ਸੰਸਕਾਰ ਕਰਨ ਲਈ ਪਹਿਲੀ ਵਾਰ ਸਿੰਘ ਸੰਗਰਸ਼ ਵਿੱਚ ਲੋਕਾਂ ਦੇ ਦਿਲਾਂ ਅੰਦਰ ਹਕੂਮਤ ਵਿਰੁੱਧ ਰੋਹ ਦਾ tufaan ਆ ਗਿਆ। ਪੁਲਿਸ ਨੂੰ ਸ਼੍ਰੀ ਹਰਗੋਬਿੰਦਪੁਰ ਵਿੱਚ ਕਫਿਊ ਲਾਉਣਾ ਪਿਆ ਪਰ ਲੋਕ ਥਾਣੇ ਅੱਗੇ ਹੋਰ ਜੁੜ ਰਹੇ ਸਨ। ਜੀ। ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਹਕੂਮਤ ਚਿੰਤਤ ਸੀ ਕਿ ਖਾਲਸਤਾਨੀ ਖਾੜਕੂ ਦੀ ਲਾਸ਼ ਮੰਗ ਕਰ ਰਹੇ ਸਿੱਖ ਵਿੱਚ ਹਿੰਦੂ ਮਰਦ ਔਰਤਾਂ ਵੀ ਬਰਾਬਰ ਵਿੱਚ ਸ਼ਾਮਲ ਸਨ। ਇਹ ਗੌਰ ਕਰਨ ਵਾਲੀ ਗੱਲ ਹੈ। ਇਹ ਖਾਲਸਾਣ ਦੇ ਸੰਘਰਸ਼ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਸੀ ਆਖਰ ਲੋਕਾਂ ਦੇ ਰੋ ਵਿੱਚ ਤੂਫਾਨ ਅੱਗੇ ਪੁਲਿਸ ਨੂੰ ਝੁਕਣਾ ਹੀ ਪਿਆ ਬਾਬਾ ਜੁਗਰਾਜ ਸਿੰਘ ਤੂਫਾਨ ਤੇ ਬਾਬਾ ਬਖਸ਼ੀਸ਼ ਸਿੰਘ ਦੀਆਂ ਲਾਸ਼ਾਂ ਲੋਕਾਂ ਨੂੰ ਦਿਨੀਆਂ ਪਈਆਂ ਇਸ ਤੋਂ ਬਾਅਦ ਜਲੂਸ ਦੀ ਸ਼ਕਲ ਵਿੱਚ ਦੋਵਾਂ ਸਿੰਘਾਂ ਦੀਆਂ ਸ਼ਹੀਦੀਆਂ ਸ਼ਹੀਦੀ ਦੇਹਾਂ ਨੂੰ ਥਾਣਾ ਅੰਮ੍ਰਿਤਸਰ ਕੋਤਵਾਲੀ ਤੋਂ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਲਗ ਜਾਇਆ ਗਿਆ ਸਿੱਖਾਂ ਦੇ ਨਾਲ-ਨਾਲ ਹਜ਼ਾਰਾਂ ਹਿੰਦੂਆਂ ਨੇ ਸ਼ਹੀਦ ਬਾਬਾ ਜਗਰਾਤ ਸਿੰਘ ਤੂਫਾਨ ਤੇ ਸ਼ਹੀਦ ਭਾਈ ਬਖਸ਼ੀਸ਼ ਸਿੰਘ ਦੇ ਸਰੀਰਾਂ ਉੱਪਰ ਸ਼ਰਧਾ ਨਾਲ ਜਿਹੜਾ ਆ ਫੁੱਲ ਭੇਟ ਕੀਤੇ ਪਿੰਡ ਚੀਮਾ ਕੋਡੀ ਦੇ ਸ਼ਹੀਦ ਸਮਾਗਮ ਵਿੱਚ 1 ਲੱਖ ਤੋਂ ਜ਼ਿਆਦਾ ਸਿੱਖ, ਹਿੰਦੂ ਤੇ ਹਰੇਕ ਭਾਈਚਾਰਾ ਜਿਹੜਾ ਆ ਮਰਦ ਤੇ ਔਰਤਾਂ ਨੇ ਜਿਹੜਾ ਸਮੂਹ ਸਾਧ ਸੰਗਤ ਦੇ ਰੂਪ ਵਿੱਚ ਹਾਜ਼ਰ ਹੋ ਕੇ ਆਪਣੇ ਹਰਮਨ ਪਿਆਰੇ ਜਜਾਰੂ ਸ਼ਹੀਦ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸੇ ਤਰ੍ਹਾਂ ਦਾ ਜਿਹੜਾ ਆ ਉਹ ਜੀਵਨ ਸੀਗਾ ਆਪਣੇ ਜੁਗਰਾਤ ਸਿੰਘ ਜੀ ਹੋਰਾਂ ਦਾ ਜੋ ਕਿ ਸਿਰਫ ਜ਼ੁਲਮ ਦੇ ਨਾਲ ਉਹਨਾਂ ਨੇ ਜਿਹੜਾ ਆ ਉਹ ਟਾਕਰਾ ਕੀਤਾ ਆ ਨਾ ਕਿ ਕਿਸੇ ਦੇ ਉੱਤੇ ਜ਼ੁਲਮ ਟਾਇਆ ਆ ਸਿੱਖਾਂ ਦੀ ਇਹੀ ਫਿਸਰਤ ਹੈ ਸਿੱਖਾਂ ਦੀ ਇਹੀ ਜਿਹੜੀ ਆ ਇੱਕ ਰੀਤ ਹੈ ਜਾਂ ਸਿੱਖਾਂ ਦੀ ਇਹੀ ਜਿਹੜੀ ਆ ਇੱਕ ਜਿਹੜਾ ਆ ਪਲੱਸ ਪੁਆਇੰਟ ਅਸੀਂ ਕਹਿ ਸਕਦੇ ਆ ਅੱਜਕੱਲ ਜਣਾ ਖਾਣਾ ਜਿਹੜਾ ਆ ਉੱਠ ਕੇ ਸਿੱਖਾਂ ਦੇ ਲੰਗਰਾਂ ਦੇ ਉੱਤੇ ਜਿਹੜਾ ਆ ਕਿੰਤੂ ਪਰੰਤੂ ਕਰਨ ਲੱਗ ਜਾਂਦਾ ਆ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਤੇ ਜਿਹੜਾ ਆ ਕਿੰਤੂ ਪਰੰਤੂ ਕਰਨ ਲੱਗ ਜਾਂਦਾ ਆ ਸਿੱਖ ਇਤਿਹਾਸ ਤੇ ਤੋੜੇ ਮਰੋੜੇ ਹੋਏ ਨੂੰ ਜਿਹੜਾ ਆ ਉਹ ਲਿਆ ਕੇ ਸਾਹਮਣੇ ਰੱਖ ਦਿੰਦਾ ਆ ਕਿ ਅਸਲ ਸਿੱਖ ਹੈ ਕਿੱਥੇ ਸੀ ਜੇ ਅਸੀਂ ਗੱਲ ਕਰੀਏ ਚਾਹੇ ਉਹ ਮੁਗਲ ਸਾਮਰਾਜ ਦੀ ਗੱਲ ਕਰੀਏ ਕਿ ਸਿੱਖ ਉਹਨਾਂ ਸਿੱਖਾਂ ਦੀ ਉਦੋਂ ਕੀ ਜਿਹੜੀ ਦਸ਼ਾ ਸੀ ਜਾਂ ਇਹ ਕਹਿ ਸਕਦੇ ਆ ਕਿ ਸਿੱਖਾਂ ਦੀ ਉਦੋਂ ਕੀ ਜਿਹੜੀ ਆ ਉਹਨਾਂ ਦਾ ਜਜ਼ਬਾ ਸੀ ਜਾਂ ਕੀ ਉਹਨਾਂ ਦੀ ਪੋਜੀਸ਼ਨ ਸੀ ਉਦੋਂ ਜੇ ਅਸੀਂ ਅੰਗਰੇਜ਼ਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਵੀ ਜਿਹੜਾ ਆ ਸਿੱਖਾਂ ਨੇ ਜਿਹੜਾ ਆ ਚੜ੍ਹਦੀ ਕਲਾ ਦਾ ਪ੍ਰਤੀਕ ਦਿੱਤਾ ਚਾਹੇ ਅਸੀਂ ਸ਼ਹੀਦ ਉਦਮ ਸਿੰਘ ਦੀ ਗੱਲ ਕਰੀਏ ਚਾਹੇ ਅਸੀਂ ਸਾਰਾ ਗੜੀ ਦੀ ਗੱਲ ਕਰੀਏ ਅਨੇਕਾਂ ਹੀ ਤਰ੍ਹਾਂ ਦੇ ਜਿਹੜੇ ਇਤਿਹਾਸ ਸਾਡੇ ਕੋਲ ਸਾਹਮਣੇ ਆਉਂਦੇ ਨੇ ਤੇ ਜੇ ਹੁਣ ਅਸੀਂ ਇਸ ਚੱਲਦੇ ਦੌਰ ਦੀ ਗੱਲ ਕਰੀਏ ਤਾਂ ਸਿੱਖਾਂ ਨੇ ਜਿਹੜਾ ਆ ਹਰ ਇੱਕ ਜਿਹੜਾ ਆ ਕਾਮਪੈਨ ਦੇ ਆਧਾਰ ਤੇ ਕੀਤਾ ਚਾਹੇ ਉਹ ਕੋਵਿਡ ਦੀ ਗੱਲ ਕਰ ਲਈਏ ਕੋਵਿਡ ਦੇ ਵਿੱਚ ਵੀ ਜਿਹੜਾ ਹੈ ਲੰਗਰਾਂ ਦੌਰਾਨ ਚਾਹੇ ਆਕਸੀਜਨ ਦੇ ਸਿਲੰਡਰਾਂ ਦੀ ਲੰਗਰ ਦਾ ਲੰਗਰ ਲਾਉਣਾ ਪਿਆ ਹੋਵੇ ਚਾਹੇ ਉਹ ਭੋਜਨ ਦਾ ਲੰਗਰ ਲਾਉਣਾ ਪਿਆ ਹੋਵੇ ਚਾਹੇ ਉਹ ਯੂਕਰੇਨ ਦੇ ਵਿੱਚ ਲੜਾਈ ਚੱਲਦੀ ਹੋਵੇ ਉੱਥੇ ਵੀ ਜਿਹੜਾ ਆ ਸਿੱਖਾਂ ਨੇ ਲੰਗਰ ਜਿਹੜੇ ਨੇ ਉਹ ਲਾਏ ਨੇ ਚਾਹੇ ਉਹ ਗੁਰਬਾਨੀ ਦੀ ਗੱਲ ਕਰੀਏ ਕਿਸਾਨ ਸੰਘਰਸ਼ ਦੀ ਵੀ ਗੱਲ ਕਰੀਏ ਕਿਸਾਨ ਸੰਘਰਸ਼ ਦੀ ਵੀ ਗੱਲ ਕਰੀਏ ਕਿੰਤੂ ਪਰੰਤੂ ਕਰਨ ਵਾਲੇ ਸਿਰਫ ਉਹਨਾਂ ਕੀ ਗਿਆਨ ਲੈ ਕੇ ਜਿਹੜਾ ਆ ਉਹ ਸਾਹਮਣੇ ਆਉਂਦੇ ਨੇ ਜਿੰਨਾਂ ਦਾ ਗਿਆਨ ਕਿਸੇ ਨੂੰ ਜਿਹੜਾ ਆ ਅ ਪਿੰਚ ਕਰਨਾ ਹੋਵੇ ਸੋ ਇਸ ਕਰਕੇ ਹਰੇਕ ਨੂੰ ਜਿਹੜਾ ਆ ਚੰਗੀ ਤਰ੍ਹਾਂ ਗੱਲ ਨੂੰ ਜਿਹੜਾ ਪੜਚੋਲ ਕਰਕੇ ਜਿਹੜਾ ਆ ਉਹ ਫੇਰ ਗੱਲ ਜਿਹੜੀ ਆ ਉਹ ਕਰਨੀ ਚਾਹੀਦੀ ਆ ਤੇ ਰੁਹੀ ਜੀ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਜਿਹੜੀ ਆ ਤੇ ਦਰਸ਼ਕਾਂ ਦੇ ਨਾਲ ਜਿਹੜੀ ਆ ਉਹ ਸਾਝੀ ਕਰਨਾ ਚਾਹਾਂਗਾ ਕਿ ਜਿਸ ਨੂੰ ਪੂਰੇ ਇਤਿਹਾਸ ਬਾਰੇ ਪਤਾ ਹੋਵੇ ਜਾਂ ਜਿਸ ਨੂੰ ਇਤਿਹਾਸ ਬਾਰੇ ਨਹੀਂ ਪਤਾ ਹੋਵੇ ਅੱਜ ਕੱਲ ਦੀ ਡੇਟ ਦੇ ਵਿੱਚ ਜੇ ਤੁਹਾਨੂੰ ਇੱਕ ਇਤਿਹਾਸ ਬਾਰੇ ਗਲਤ ਲੱਗਦਾ ਆ ਤਾਂ ਤੁਸੀਂ ਇੰਟਰਨੈਟ ਤੇ ਤੁਸੀਂ ਇੱਕ ਨਹੀਂ ਲੱਖਾਂ ਜਿਹੜੇ ਨੇ ਉਸ ਦੇ ਇਤਿਹਾਸ ਬਾਰੇ ਜਿਹੜਾ ਪੜ ਸਕਦੇ ਹੋ ਪਰ ਫੇਰ ਵੀ ਟਿੱਪਣੀ ਕਰਨਾ ਸਾਡੀ ਜਿਹੜੀ ਉਹ ਆਦਤ ਬਣ ਗਈ ਆ ਅਸੀਂ ਕਿੰਤੂ ਪਰੰਤੂ ਕਰਨਾ ਜਿਹੜਾ ਆ ਉਹ ਜ਼ਰੂਰੀ ਸਮਝ ਲਿਆ ਆ ਆਪਣੇ ਆਪ ਨੂੰ ਜਿਹੜਾ ਆ ਬੁੱਧੀਜੀਵੀ ਜਿਹੜਾ ਆ ਉਹ ਸਮਝਾਉਣਾ ਜਿਹੜਾ ਆ ਉਹ ਕਰ ਲਿਆ ਆ ਕਿ ਅਸੀਂ ਜਿਹੜਾ ਆ ਬੁੱਧੀਜੀਵੀ ਆ ਜਾਂ ਸਾਨੂੰ ਇਸ ਬਾਰੇ ਜਿਹੜਾ ਆ ਜਾਦਾ ਨੋਲਿਜ ਆ ਜਾਂ ਦੂਸਰੇ ਨੂੰ ਜਿਹੜਾ ਆ ਨੀਚਾ ਸੁੱਟਣ ਦੇ ਲਈ ਸੋ ਸਾਡੇ ਕੌਮ ਦੇ ਵਿੱਚ ਕਾਫੀ ਵਖਰੇਵਾ ਆ ਤੇ ਸਿਰਫ ਇਹੀ ਕਿ ਸੋਚ ਦਾ ਸਾਡੀ ਸੋਚ ਹੈ ਕੋਈ ਕਹਿੰਦਾ ਆ ਕਿ ਫਲਾਣੇ ਗ੍ਰੰਥ ਨੂੰ ਨਹੀਂ ਮੰਨਣਾ ਕੋਈ ਕਹਿੰਦਾ ਫਲਾਣੇ ਗ੍ਰੰਥ ਨੂੰ ਨਹੀਂ ਮੰਨਣਾ ਕੋਈ ਕਹਿੰਦਾ ਕਿ ਸਰੋਵਰਾਂ ਚ ਇਸ਼ਨਾਨ ਨਹੀਂ ਕਰਨੇ ਚਾਹੀਦੇ ਤੇ ਕੋਈ ਕਹਿੰਦਾ ਕਿ ਉਹ ਦੀਵਾਰਾਂ ਨੂੰ ਨਹੀਂ ਮੰਨਣਾ ਚਾਹੀਦਾ ਦੇਖੋ ਭਾਈ ਤੁਸੀਂ ਉਹਨਾਂ ਦੀ ਮਹਾਨਤਾ ਨੂੰ ਦੇਖੋ ਸਿਰਫ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਮੈਂ ਜਿਹੜਾ ਆ ਇੱਥੇ ਕਹਿਣਾ ਆ ਕਿ ਤੁਸੀਂ ਆਪਣੇ ਆਪ ਨੂੰ ਜਿਹੜਾ ਆ ਸੰਕੋਚ ਕੇ ਬੋਲਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਿਆ ਕਰੋ ਜਾਂ ਯਤਨ ਕਰਿਆ ਕਰੋ ਕੌਮ ਦੇ ਵਿੱਚ ਬਖਰੇਵਾ ਪਾਉਣ ਵਾਲੇ ਸਾਡੇ ਕੋਲ ਬਤੇਰੇ ਨੇ ਚਾਹੇ ਉਹ ਹਿੰਦੂਤਾ ਬਸੋਚ ਦੀ ਗੱਲ ਕਰ ਲਈਏ ਚਾਹੇ ਉਹ ਲੀਡਰਾਂ ਦੀ ਗੱਲ ਕਰ ਲਈਏ ਚਾਹੇ ਉਹ ਜਾਤੀ ਮੱਜ਼ਬ ਵਾਲਿਆਂ ਦੀ ਗੱਲ ਕਰ ਲਈਏ ਪਰ ਕੌਮ ਨੂੰ ਜੋੜਨ ਦੇ ਲਈ ਜਿਹੜਾ ਆ ਅੱਜ ਕੱਲ ਬਹੁਤ ਘੱਟ ਪ੍ਰਯਾਸ ਹੋ ਰਹੇ ਨੇ ਸੋ ਸਾਡੇ ਇਸ ਪ੍ਰੋਗਰਾਮ ਉਲ্লেখਣ ਦਾ ਮਤਲਬ ਵੀ ਇਹੀ ਹੈ ਕਿ ਜਿੱਥੇ ਸਾਡੇ ਇਤਿਹਾਸ ਦੇ ਵਿੱਚ ਜਾਂ ਸਾਡੇ ਕਿਤੇ ਵੀ ਭਾਈਚਾਰੇ ਦੇ ਵਿੱਚ ਕਿਤੇ ਵੀ ਨਾ ਕਿਤੇ ਜਿਹੜਾ ਆ ਉਹ ਟੁੱਟਣ ਦੀ ਗੱਲ ਹੋ ਰਹੀ ਆ ਉਸ ਨੂੰ ਕਿਵੇਂ ਜੋੜਿਆ ਜਾਵੇ ਉਸ ਦੇ ਵਿੱਚ ਜਿਹੜਾ ਆ ਆਪਸੀ ਪ੍ਰੇਮ ਪਿਆਰ ਇਫਤਿਤਾਕ ਵਿੱਚ ਜਿਹੜਾ ਆ ਉਹ ਕਾਇਮ ਕੀਤਾ ਜਾਵੇ ਜੇ ਅਸੀਂ ਗੱਲ ਕਰੀਏ ਰੋਹੀ ਜੀ ਹੁਣ ਦੇਖ ਲੈਂਦਾ ਵੀ ਸਮਾਂ ਹੋ ਰਿਹਾ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਮੈਂ ਉਹੀ ਲਾਸਟ ਗੱਲ ਕਰਕੇ ਬ੍ਰੇਕ ਵਾਲੀ ਵਧਾਂਗਾ ਅਸੀਂ ਇੱਕ ਗੱਲ ਸਾਫ਼ ਤੌਰ ਤੇ ਦੇਖ ਲਈ ਕਿ ਸਵਾ ਸਾਲ ਅਸੀਂ ਦਿੱਲੀ ਦੀਆਂ ਪਰੂਹਾਂ ਤੇ ਬੈਠੇ ਨੇ ਉਥੇ ਸਭ ਨੇ ਸਭ ਨੂੰ ਜਿਹੜਾ ਇਕੱਠਾ ਵੇਖਿਆ ਆ ਉਹੀ ਜਿਹੜਾ ਆ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੋ ਇਸੇ ਲਈ ਜਿਹੜਾ ਆ ਸਾਨੂੰ ਖੇਰੂ ਖੇਰੂ ਕਰਨ ਦੀ ਜੜੀ ਆ ਉਹ ਰਣਨੀਤੀ ਬਣਾਈ ਜਾ ਰਹੀ ਆ ਜਾਂ ਸਾਡੇ ਇਤਿਹਾਸ ਨੂੰ ਤੋੜ ਮੋੜ ਕੇ ਦੱਸਿਆ ਜਾ ਰਿਹਾ ਸਾਡੇ ਤੋਂ ਜਿਹੜਾ ਆ ਸਾਨੂੰ ਜਿਹੜਾ ਆ ਢਕਾਇਆ ਜਾ ਰਿਹਾ ਤੇ ਰੋਹੀ ਜੀ ਤੁਹਾਡੇ ਕਹਿਣ ਦੇ ਮਤਾਬਿਕ ਜਿਹੜੇ ਆ ਬ੍ਰੇਕ ਦਾ ਸਮਾਂ ਸਾਨੂੰ ਝਾਤੀਆਂ ਮਾਰਦਾ ਹੈਲੋ ਹੈਲੋ ਕਹਿ ਰਿਹਾ ਕਿ ਮੇਰਾ ਵੀ ਜਿਹੜਾ ਸਮਾਂ ਹੋ ਗਿਆ ਤੁਹਾਡਾ ਸਮਾਂ ਜਿਹੜਾ ਨਿਕਲ ਗਿਆ ਆ ਤੇ ਹੁਣ ਵੇਲਾ ਛੋਟੇ ਜਿਹੇ ਅੰਤਰਾਲ ਦਾ ਅੰਤਰਾਲ ਤੋਂ ਬਾਅਦ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ ਪੰਜਾਬ ਦੀਆਂ ਗਤੀਵਿਧੀਆਂ ਬਾਰੇ